ਕਿਸੇ ਨੂੰ ਦਿੱਤਾ ਹੋਇਆ ਬਚਨ ਨਿਭਾਉਣਾ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਚਨ ਦਿੱਤਾ ਸੀ ਕਪਾਲ ਮੋਚਨ ਦੀ ਧਰਤੀ ਦੇ ਉੱਪਰ ਇੱਕ ਮਾਤਾ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰੂ ਮਹਾਰਾਜ ਮੇਰੀ ਇੱਕ ਬੇਨਤੀ ਹੈ। ਕਲਗੀਆਂ ਵਾਲੇ ਪਾਤਸ਼ਾਹ ਆਖਣ ਲੱਗੇ, ਦੱਸ ਮਾਤਾ ਕੀ ਬੇਨਤੀ ਹੈ? ਕਹਿੰਦੀ ਕੁਛ ਮੰਗਣਾ ਹੈ। ਕਲਗੀਆਂ ਵਾਲੇ ਪਾਤਸ਼ਾਹ ਆਖਣ ਲੱਗੇ ਕਿ ਮਾਤਾ ਮੰਗ ਲੈ ਜੋ ਮੰਗਣਾ। ਹੁਣ ਬੀਬੀ ਕਹਿੰਦੀ ਮੈਨੂੰ ਡਰ ਹੈ ਕਿਤੇ ਜਿਹੜੀ ਵਸਤੂ ਮੈਂ ਮੰਗੀ ਤੁਸੀਂ ਦੇਣ ਤੋਂ ਜਵਾਬ ਨਾ ਦੇ ਦਿਓ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨਹੀਂ ਮਾਤਾ, ਗੁਰੂ ਨਾਨਕ ਦਾ ਦਰ ਹੈ ਜੋ ਮੰਗੋਗੇ ਮਿਲੇਗਾ, ਜੋ ਮੰਗ ਹੈ ਠਾਕਰ ਆਪਣੇ ਤੇ ਸੋਈ ਸੋਈ ਦੇ ਦੇ। ਕਿਰਪਾ ਕਰੋ ਜੀ। ਹਜ਼ੂਰ ਕਹਿੰਦੇ ਮਾਤਾ ਮੰਗ ਕੀ ਮੰਗਣ। ਮਾਤਾ ਨੇ ਹੱਥ ਜੋੜੇ, ਕਹਿੰਦੀ ਸਤਿਗੁਰੂ ਪਾਤਸ਼ਾਹ ਬਸ ਇੱਕੋ ਹੀ ਵਸਤੂ ਮੰਗਣੀ ਹੈ, ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ। ਕਿਰਪਾ ਕਰੋ ਕਿ ਅੱਜ ਤੋਂ ਬਾਅਦ ਆਪ ਜੀ ਮੈਨੂੰ ਵਿਛੋੜਾ ਨਾ ਦਿਓ, ਹਰ ਸਮੇਂ ਮੇਰੇ ਨਾਲ ਰਹੋ ਤੇ ਮੈਨੂੰ ਆਪਣੇ ਨਾਲ ਰੱਖ ਲਓ। ਪਿਆਰੇ ਧੰਨ ਸੋ ਵੇਲਾ ਜੀ ਦਰਸ਼ਨ ਕਰਨਾ, ਦਰਸ਼ਨ ਕਰਨਾ, ਧੰਨ ਸੋ ਵੇਲਾ ਜੀ ਦਰਸ਼ਨ ਕਰਨਾ, ਦਰਸ਼ਨ ਕਰਨਾ, ਦਰਸ਼ਨ ਕਰਨਾ, ਦਰਸ਼ਨ, ਵਾਹਿਗੁਰੂ ਧੰਨ ਸੁਵੇਲਾ ਦਰਸ਼ਨ ਕਰਨਾ, ਦਰਸ਼ਨ ਕਰਨਾ, ਦਰਸ਼ਨ ਕਰਨਾ, ਧੰਨ ਸੋ ਵੇਲਾ ਦਰਸ਼ਨ ਕਰਨਾ। ਧੰਨ ਸੋ ਵੇਲਾ ਦਰਸ਼ਨ ਕਰਨਾ, ਧੰਨ ਸੋ ਵੇਲਾ ਦਰਸ਼ਨ ਕਰਨਾ, ਦਰਸ਼ਨ ਕਰਨਾ, ਦਰਸ਼ਨ, ਵਾਹਿਗੁਰੂ ਧੰਨ ਸੁਵੇਲਾ ਦਰਸ਼ਨ ਕਰਨਾ, ਦਰਸ਼ਨ ਕਰਨਾ,
ਤਨ ਸੁਣ ਵੇਲਾ ਜਿਤ ਦਰਸ਼ਨ ਕਰਨਾ, ਹਾਂ ਬਲਿਹਾਰੀ ਸਤਿਗੁਰ ਚਰਨਾ, ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ, ਮਨ ਜੀਵੈ ਪ੍ਰਭ ਨਾਮ ਚ ਤੇਰੇ, ਸੱਚ ਅੰਮ੍ਰਿਤ ਮਾਰਾ ਅੰਮ੍ਰਿਤ ਬਾਣੀ, ਸੀਤਲ ਗੁਰੂ ਦ੍ਰਿਸ਼ ਸੋ ਜਾਣੀ, ਸੱਚ ਹੁਕਮ ਤੁਮਾਰਾ ਤਖਤ ਨਿਵਾਸੀ, ਆਏ ਨਾ ਜਾਵੇ ਮੇਰਾ ਪ੍ਰਭ ਅਬਨਾਸੀ। ਧੰਨ ਸੋ ਵੇਲਾ ਜੀ ਦਰਸ਼ਨ ਕਰਨਾ, ਦਰਸ਼ਨ ਕਰਨਾ, ਧੰਨ ਸੋ ਵੇਲਾ ਦਰਸ਼ਨ ਕਰਨਾ, ਦਰਸ਼ਨ ਕਰਨਾ, ਦਰਸ਼ਨ ਕਰਨਾ, ਤਨ ਸੁ ਵੇਲਾ ਦਰਸ਼ਨ ਕਰਨਾ, ਤਨ ਸੁ ਵੇਲਾ ਦਰਸ਼ਨ ਕਰਨਾ, ਤਨ ਸੁ ਵੇਲਾ ਦਰਸ਼ਨ ਕਰਨਾ, ਦਰਸ਼ਨ ਕਰਨਾ, ਦਰਸ਼ਨ ਤਨ ਸੁ ਵੇਲਾ ਦਰਸ਼ਨ ਕਰਨਾ, ਦਰਸ਼ਨ ਕਰਨਾ, ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ, ਸੀਤਲ ਪੁਰਖ ਦ੍ਰਿਸ਼ ਸੋ ਜਾਣੀ, ਸੱਚ ਹੁਕਮ ਤੁਮਾਰਾ ਤਖਤ ਨਿਵਾਸੀ, ਆਏ ਨਾ ਜਾਵੇ ਮੇਰਾ ਪ੍ਰਭ ਅਵਨਾਸੀ, ਤੂੰ ਮਿਹਰਬਾਨ ਦਾਸ ਹਮਦੀਨਾ, ਨਾਨਕ ਸਾਹਿਬ ਭਰਪੁਰ ਲੀਣਾ, ਵੱਡੇ ਭਾਗਾਂ ਦੀ ਨਿਸ਼ਾਨੀ ਮਨਾ ਮੇਰਿਆ, ਸੰਗ ਹੋ ਗਿਆ ਸਾਧੂਆਂ, ਵੱਡੇ ਪਾਠਾਂ ਦੀ ਨਿਸ਼ਾਨੀ, ਸੰਗ ਹੋ ਗਿਆ ਸਾਧੂਆਂ ਦਾ, ਪਿਛਲਾ ਕਰਮ ਕੋਈ ਜਾਗਿਆ ਮੇਰਾ, ਪਿਛਲਾ ਕਰਮ ਕੋਈ ਜਾਗਿਆ,
ਤੁਰਬਲਾ ਕਰਨ ਕੋਈ ਜਾਗਿਆ, ਸੰਗ ਹੋ ਗਿਆ ਸਾਧੂਆਂ, ਤੁਰਬਲਾ ਕਰਨ ਕੋਈ ਸੰਗ ਹੋ ਗਿਆ ਸਾਧੂਆਂ ਦਾ। ਸੰਤ ਮਿਲਾਇਆ ਪ੍ਰਭ ਅਬਨਾਸੀ ਘਰ ਮੈਂ ਪਾਇਆ। ਸਤਸੰਗਿਓ, ਆਪ ਜੀ ਨੇ ਮਹਾਂਪੁਰਖਾਂ ਦੀ ਰਸਨਾ ਤੋਂ ਗੁਰਬਾਣੀ ਦਾ ਹਰੀ ਜਸ ਕੀਰਤਨ ਸੁਣਿਆ, ਸਮੇਂ ਨੂੰ ਸਵਾਸਾਂ ਨੂੰ ਪਿੱਤਰੋ ਸਫਲਾ ਕੀਤਾ। ਪੂਰਬਲਾ ਭਾਗ ਜਾਗਦਾ ਜਦੋਂ ਰੱਬ ਦੇ ਪਿਆਰਿਆਂ ਦੀ ਸੰਗਤ ਮਿਲਦੀ ਹੈ। ਟਹਿਲ ਮਹਿਲ ਤਾਂ ਕੋ ਮਿਲੇ ਜਾਂ ਕੋ ਸਾਧ ਕਿਰਪਾਲ, ਸਾਧ ਸੰਗ ਤੋਂ ਮਿਲੇ ਜੋ ਆਪਣ ਹੋਏ ਦਿਆਲ। ਰੱਬ ਜਦੋਂ ਦਇਆ ਦੇ ਘਰ ਵਿੱਚ ਆਉਂਦਾ ਤਾਂ ਗੁਰੂ ਪਿਆਰਿਆਂ ਦੀ ਸੰਗਤ ਹੁੰਦੀ ਹੈ, ਬਖਸ਼ਿਆਂ ਦੀ ਸੰਗਤ ਹੁੰਦੀ ਹੈ। ਫਿਰ ਜਦੋਂ ਰੱਬ ਦਾ ਪਿਆਰਾ ਦਇਆ ਦੇ ਘਰ ਵਿੱਚ ਆ ਜਾਏ ਉਹ ਨਾਮ ਨਾਲ ਜੋੜਦਾ ਹੈ। ਆ ਜਿਹੜੇ ਬੱਚੇ ਇੱਧਰ ਉੱਧਰ ਸ਼ੋਰ ਕਰਦੇ ਫਿਰਦੇ ਹਨ, ਪ੍ਰਬੰਧਕਾਂ ਨੂੰ ਚਾਹੀਦਾ ਉਹਨਾਂ ਨੂੰ ਪਿਆਰ ਨਾਲ ਪੰਡਾਲ ਵਿੱਚ ਬਿਠਾ ਲਓ, ਅਗਰ ਐਸਾ ਨਹੀਂ ਪੰਡਾਲ ਤੋਂ ਦੂਰ ਕਰ ਦਿੱਤਾ ਜਾਏ। ਕਿਉਂਕਿ ਬੱਚਿਆਂ ਦਾ ਸੁਭਾਵ ਹੈ, ਇਹਨਾਂ ਨੇ ਕਿੰਡਰਗਾਰਡਨ ਜਿਹਾ ਬਣਾਇਆ ਹੋਇਆ, ਇਹ ਬੱਚਿਆਂ ਦਾ ਖੇਡਾਂ ਵਾਲਾ ਗਰਾਊਂਡ ਥੋੜ੍ਹਾ, ਇਹ ਤਾਂ ਗੁਰਬਾਣੀ ਦਾ ਸਮੁੰਦਰ ਹੈ, ਉਥਾ ਹੈ, ਇੱਥੇ ਗੁਰੂ ਨਾਨਕ ਦਾ ਕੁੰਭ ਰਚਿਆ ਹੋਇਆ ਮਾਨਸਰੋਵਰ, ਇਸ ਤੋਂ ਲਾਭ ਉਠਾਉਣਾ ਚਾਹੀਦਾ। ਸੋ ਬੱਚਿਆਂ ਦਾ ਸ਼ੋਰ ਹੋਣਾ ਅੱਛਾ ਨਹੀਂ, ਆ ਪਿੱਛੇ ਰੌਲਾ ਹੀ ਪਈ ਜਾਂਦਾ। ਕਈਆਂ ਮਾਈਆਂ ਦਾ ਸੁਭਾਅ ਪਿੱਛੇ ਬੈਠ ਕੇ ਗੱਲਾਂ ਹੀ ਮਾਰੀ ਜਾਣਗੀਆਂ। ਸਤ ਸੰਗਤ ਵਿੱਚ ਜੋ ਬਾਤ ਚਲਾ, ਧਿਆਨ ਮਾਰੋ ਗੁਰੂ ਨਾਨਕ ਦੇ ਚਰਨਾਂ 'ਚ ਬੈਠਣ ਵਾਲੇ ਪ੍ਰੇਮੀਓ, ਜਿਹੜੇ ਚੌਂਕੜਾ ਮਾਰ ਕੇ ਗੁਰੂ ਨਾਨਕ ਦੇ ਦਰ 'ਤੇ ਬਹਿੰਦੇ ਹਨ, ਜਿਹੜੇ ਹੋਰ ਆਪਣੀ ਗੱਲ ਚਲਾਉਂਦੇ ਹਨ ਜਾਂ ਦੂਸਰੇ ਨੂੰ ਆਪਣੀ ਗੱਲ ਨਾਲ ਜੋੜਨ ਦਾ ਉਪਰਾਲਾ ਕਰਦੇ ਹਨ, ਕੋਈ ਗੱਲਬਾਤ ਸੁਣਾਉਂਦੇ ਹਨ, ਸਤ ਸੰਗਤ ਵਿੱਚ ਜੋ ਬਾਤ ਚਲਾਵੈ ਕਹੋ ਗੋਬਿੰਦ ਉਹ ਜੰਮ ਪਰ ਜਾਏ। ਕਹਿੰਦੇ ਉਹ ਸਿੱਧਾ ਨਰਕਾਂ ਦਾ ਕੀੜਾ ਬਣੇਗਾ, ਜਮਾਂ ਦੀ ਪੂਰੀ ਨੂੰ ਜਾਏਗਾ। ਇੱਥੇ ਦੋਸ਼ਾਂ ਦੇ ਭਾਗੀ ਨਹੀਂ ਹੋਣਾ, ਗੁਣਾਂ ਦੇ ਖਜ਼ਾਨੇ ਲੈ ਕੇ ਜਾਣੇ, ਗੁਣਾਂ ਦੇ ਭੰਡਾਰ। ਬੱਚੇ ਦਾ ਸਕੂਲ ਜਾਣਾ ਤਦੇ ਸਫਲਾ ਹੁੰਦਾ ਜੇ ਮਾਸਟਰ ਪਾਸੋਂ ਵਿੱਦਿਆ ਪੜ੍ਹੇ, ਗੁਰੂ ਨਾਨਕ ਪਾਸੋਂ ਵਿੱਦਿਆ ਪੜ੍ਹੇ ਤਦੇ ਜਾਣਾ ਸਫਲਾ ਹੁੰਦਾ ਜੇ ਠਾਠਾ ਬਾਗਾ ਦੇ ਕੇ ਮੁੜ ਗਿਆ, ਰੌਲਾ ਰੱਪਾ ਪਾ ਕੇ ਮੁੜ ਗਿਆ, ਅਤੇ ਸਤਸੰਗ ਜਿਹੋ ਜਿਹਾ ਆਇਆ ਜਿਹੋ ਜਿਹਾ ਨਾ ਆਇਆ। ਸੋ ਆਓ ਪੂਰਾ ਪੂਰਾ ਲਾਭ ਉਠਾਉਣ ਦੀ ਖੇਚਲਾ ਕਰੋ, ਰੌਲੇ ਨੂੰ ਸੰਕੋਚ ਕੇ ਚੁੱਪ ਦਾ ਦਾਨ ਬਖਸ਼ੋ। ਬਾਬਾ ਪੰਜਾਬ ਸਿੰਘ ਹੁਣਾਂ ਤੋਂ ਆਪ ਜੀ ਨੇ ਗੁਰਬਾਣੀ ਦਾ ਹਰੀ ਕੀਰਤਨ ਸੁਣਿਆ, ਕਲਗੀਧਰ ਮਹਾਰਾਜ ਦਾ ਇਤਿਹਾਸ ਬੜੇ ਪਿਆਰ ਨਾਲ ਮਹਾਂਪੁਰਖ ਸੁਣਾ ਰਹੇ ਸਨ। ਚਿੱਤ ਨਹੀਂ ਸੀ ਕਰਦਾ ਉਠਾਉਣ ਨੂੰ, ਖੈਰ ਸਮੇਂ ਦੀ ਮਜਬੂਰੀ ਹੈ, ਸਮਾਂ ਆਪਣੀ ਰਫਤਾਰ ਨਾਲ ਤੁਰਿਆ ਜਾਂਦਾ। ਆਓ ਸਾਰੇ ਪ੍ਰੇਮੀ ਪੂਰਾ ਪੂਰਾ ਲਾਭ ਉਠਾਓ, ਤੇ ਸਾਰੇ ਪ੍ਰੇਮੀ ਸ਼ਬਦਾਂ ਵਿੱਚ ਬੋਲ ਕੇ ਰਸਨਾ ਨੂੰ ਪਿੱਤਰੋ ਸਫਲਾ ਕਰੋ। ਤੇ ਸੋਹੀ ਮੈਂ ਡੀਠ ਜੈਸਾ ਸੁਣਿਆ ਜੈਸਾ, ਤੈ ਸੋਹੀ ਮੈਂ ਡੀਠ
ਸੁਣਿਆ ਜੈਸਾ ਸੁਣਿਆ ਬਾਬਾ ਸੋਹੀ ਮੈਂ ਗੀਤ ਜੈਸਾ ਸੁਣਿਆ ਜੈਸਾ ਤੈ ਸੋਹੀ ਮੈਂ ਜੈਸਾ ਸੁਣਿਆ ਜੈਸਾ ਸੁਣਿਆ ਜੈਸਾ ਸੁਣਿਆ ਜੈਸਾ ਜੈਸਾ ਸੁਣਿਆ ਜੈਸਾ ਸੁਣਿਆ ਜੈਸਾ ਸੁਣਿਆ ਜੈਸਾ ਸੁਣਿਆ ਜੈਸਾ ਸੁਣਿਆ ਜੈਸਾ ਸੁਣਿਆ ਤੈ ਸੋਹੀ ਮੈਂ ਗੀਤ ਜੈਸਾ ਸੁਣਿਆ ਜੈਸਾ ਤੈ ਸੋਹੀ ਮੈਂ ਜੈਸਾ ਸੁਣਿਆ ਜੈਸਾ ਸੁਣਿਆ ਜੈਸਾ ਸਤਿਗੁਰੂ ਸੁਣੀਂਦਾ ਤੈ ਸੋਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾਬਾ ਸੀਠ ਹਰ ਨਾਮਾ ਮੰਤਰ ਦੜਾਇੰਦਾ ਕੱਟੇ ਹੋਮੈ ਰੋਗ ਨਾਨਕ ਸਤਿਗੁਰੂ ਤਿਨਾਂ ਮਿਲਾਇਆ ਜਿਨ ਤੁਰੋਂ ਪਿਆ ਸੰਯੋਗ ਕਲੰਗੀ ਧਰ ਪਿਤਾ ਆਨੰਦਗੜ੍ਹ ਦੇ ਕਿਲੇ ਵਿੱਚ ਆਨੰਦ ਵਰਤਾ ਰਹੇ ਹਨ ਮੇਰੇ ਸਤਿਗੁਰੂ ਜੀ ਬੜੀਆਂ ਸਿੱਖ ਸੰਗਤਾਂ ਹਜ਼ੂਰ ਦਾ ਦਰਸ਼ਨ ਕਰਨ ਵਾਸਤੇ ਦੂਰੋਂ ਦਰੇਡੋਂ ਪਹੁੰਚਦੀਆਂ ਹਨ ਜੋ ਜੋ ਸੰਗਤਾਂ ਹਜ਼ੂਰ ਦਾ ਦਰਸ਼ਨ ਪਾਉਂਦੀਆਂ ਉਹਨਾਂ ਦੀ ਮੁਬਾਰਕ ਰਸਨਾ ਅਤੇ ਸ਼ਬਦ ਆ ਜਾਂਦੇ ਧੰਨ ਸੋ ਵੇਲਾ 'ਚ ਦਰਸ਼ਨ ਕਰਨਾ ਹਉ ਵਲਿਹਾਰੀ ਸਤਿਗੁਰ ਚਰਨਾ ਜਾਂ ਕਹਿ ਲਈਏ ਧੰਨ ਸੋ ਵੇਲਾ ਘੜੀ ਤਨ ਉਹ ਵੇਲਾ ਵੀ ਧੰਨ ਹੈ ਉਹ ਘੜੀ ਵੀ ਧੰਨ ਹੈ ਧੰਨ ਮੂਰਤ ਪਲਸਾਰ ਧੰਨ ਸੋ ਦਿਨ ਸੋ ਸੰਜੋਗੜਾ ਜਿ ਦ੍ਰਿਠੈ ਗੁਰਦਰਸਾਰ ਭਾਵੇਂ ਸਾਲ ਦੇ 365 ਦਿਨ ਮੰਨੇ ਹਨ ਹਫ਼ਤਿਆਂ ਦੇ 31 ਦਿਨ ਮੰਨੇ ਮਹੀਨਿਆਂ ਦੇ 31 ਹਫ਼ਤਾ 7-6 ਇਉਂ ਦਿਨ ਆਪੋ ਆਪਣੀ ਇੱਕ ਅਕਾਲ ਪੁਰਖ ਨੇ ਵਿਧਾਨ ਬੰਨਿਆ ਹੋਇਆ ਮਰਿਆਦਾ ਬੰਨ੍ਹੀ ਹੋਈ ਹੈ ਪਰ ਇਹਨਾਂ ਸਾਲਾਂ ਵਧੀ ਦਿਨਾਂ ਵਿੱਚੋਂ ਵੇਖਣਾ ਕੋਈ ਦਿਨ ਚੰਗਾ ਵੀ ਹੈ ਦਿਨ ਤਾਂ ਕੋਈ ਵੀ ਮਾੜਾ ਨਹੀਂ ਥਿੱਤਵਾਰ ਨਾ ਜੋਗੀ ਜਾਣਾ ਰੁੱਤੂ ਮਾਹੋ ਨਾ ਕੋਈ ਜਿਨ੍ਹਾਂ ਦੇ ਚਿੱਤ ਵਿੱਚ ਬਰਮ ਪੈ ਵਹਿਮ ਪਏ ਹੋਏ ਹਨ ਪਖੰਡ ਵਾਜ ਬਾਹਰ ਮੁਖਤਾ ਕੁਝ ਪੰਡਿਤਾਂ ਦੇ ਵਹਿਮ ਪਾਏ ਹੋਏ ਹਨ ਤੰਤਰਾਂ ਮੰਤਰਾਂ ਦੇ ਆ ਤਾਂਤਰਿਕ ਲੋਕਾਂ ਦੇ ਉਹ ਤਾਂ ਭਾਵੇਂ ਕਹੀ ਜਾਣਾ ਦਿਨ ਮਾੜਾ ਦਿਨ ਚੰਗਾ ਫਲਾਣਾ ਤਿਮਕਾ ਇਮਕਾ ਪਰ ਗੁਰੂ ਨਾਨਕ ਘਰ ਵਿੱਚ ਤਾਂ ਹਜ਼ੂਰ ਕਹਿੰਦੇ ਨਾਨਕ ਸੋਈ ਦਿਨ ਸੁਹਾਵੜਾ ਸਾਰੇ ਦਿਨ ਚੰਗੇ ਹਨ ਦਿਨ ਤਾਂ ਕੋਈ ਮਾੜਾ ਹੀ ਨਹੀਂ ਇਨਸਾਨ ਦਾ ਮਨ ਹੀ ਮਾੜਾ ਇਨਸਾਨ ਦੀ ਸੋਚ ਹੀ ਮਾੜੀ ਹੈ ਇਹਦਾ ਖਿਆਲ ਹੀ ਮਾੜਾ ਹੈ ਜਦੋਂ ਇਹਦਾ ਖਿਆਲ ਸ਼ੁੱਧ ਹੋ ਗਿਆ ਇਹਦੇ ਹਿਰਦੇ ਦੀ ਪਵਿੱਤਰਤਾ ਹੋ ਗਈ ਇਹਨੂੰ ਸਾਰੇ ਪਾਸੇ ਹੀ ਹਰ ਕਾ ਰੂਪ ਹੀ ਪਰਮਾ
ਪਰਮਾਤਮਾ ਦਾ ਨਜ਼ਾਰਾ ਹੀ ਨਜ਼ਰ ਆਏਗਾ, ਕੋਈ ਦਿਨ ਮਾੜਾ ਨਜ਼ਰ ਨਹੀਂ ਲੱਗੇਗਾ, ਕੋਈ ਸਮਾਂ ਇਸ ਨੂੰ ਮਾੜਾ ਨਜ਼ਰ ਨਹੀਂ ਆਏਗਾ। ਸਾ ਰੁੱਤ ਸੁਹਾਵੀ ਜਾਂ ਤੁੱਤ ਸੰਭਾਲ, ਜੋ ਰੁੱਤ ਭਲੀ ਹੈ ਸਾ ਰੁੱਤ ਸੁਹਾਵੀ, ਜਿੱਦੇ ਪਰਮਾਤਮਾ ਦਾ ਦਰਸ਼ਨ ਹੋ ਜਾਏ, ਵਾਹਿਗੁਰੂ ਦਾ ਦਰਸ਼ਨ ਹੋ ਜਾਵੇ। ਪਰਮਾਤਮਾ ਨੇ ਪਰਿਪੂਰਨ, ਵਾਹਿਗੁਰੂ ਅਕਾਲ ਪੁਰਖ ਨੇ ਐਸਾ ਵਿਧਾਨ ਮਰਿਆਦਾ ਬੰਨ੍ਹੀ ਹੋਈ ਹੈ, ਜਿਸ ਮਰਿਆਦਾ ਨੂੰ ਚਲਾਉਣ ਵਾਸਤੇ ਮੇਰੇ ਸਤਿਗੁਰੂ ਗੁਰੂ ਨਾਨਕ ਪਿਤਾ ਜੀ ਨੇ ਕਹਿ ਦਿੱਤਾ, ਨਾਨਕ ਸੋਈ ਦਿਨ ਸੁਹਾਵੜਾ, ਜਿੱਤ ਪ੍ਰਭ ਆਵੈ ਚਿੱਤ, ਜਿੱਤ ਦਿਨ ਵਿਸਰੈ ਪਾਰ ਬ੍ਰਹਮ ਫਿੱਟ ਪਲੇਰੀ ਰੁੱਤ। ਉਹ ਰੁੱਤ ਨੂੰ ਫਿੱਟ ਲਾਹਣ ਤਾਂ ਪਈਆਂ ਨੇ ਜਿੱਦੇ ਰੱਬ ਦਾ ਨਾਮ ਵਿਸਰ ਜਾਂਦਾ, ਕਰਤਾਰ ਦਾ ਨਾਮ ਵਿਸਰ ਜਾਂਦਾ। ਜਦੋਂ ਗੁਰੂ ਨੂੰ ਭੁੱਲ ਕੇ ਗੁਰਸਿੱਖ ਭਟਕਦਾ, ਉਹਨੂੰ ਸਾਰੇ ਦਿਨ ਹੀ ਮਾੜੇ ਲੱਗੀ ਜਾਂਦੇ ਨੇ, ਉਹਨੂੰ ਕੋਈ ਚੰਗਾ ਦਿਨ ਲੱਗਦਾ ਹੀ ਨਹੀਂ, ਉਹਨੂੰ ਕੋਈ ਚੰਗਾ ਇਨਸਾਨ ਲੱਗਦਾ ਹੀ ਨਹੀਂ, ਉਹਨੂੰ ਗੁਰੂ ਨਾਨਕ ਦਾ ਨਜ਼ਾਰਾ ਕੈਸੇ ਨਜ਼ਰ ਆਊ। ਉਹਦਾ ਤਾਂ ਮਨ ਹੀ ਮੈਲਾ, ਮਨ ਮੈਲਾ ਤੋ ਸਭ ਕੁਛ ਮੈਲਾ, ਤਨ ਧੋਤਾ ਮਨ ਅੱਛਾ ਨਾ ਹੋਏ। ਸਾ ਰੁੱਤ ਸੁਹਾਵੀ ਜਾਂ ਤੁੱਧ ਸੰਭਾਲੀ, ਸੋ ਕੰਮ ਸਹੇਲਾ ਜੋ ਤੇਰੀ ਕਾਲ। ਉਹ ਰੁੱਤ ਵੀ ਸੁਹਾਵੀ ਹੈ ਜਿੱਦੇ ਹਜ਼ੂਰ ਦਾ ਦਰਸ਼ਨ ਹੋ ਜਾਵੇ। ਧਨ ਸੋ ਵੇਲਾ ਕੜੀ ਧਨ, ਧਨ ਮੂਰਤ ਪਲਸਾਰ, ਧਨ ਸੋ ਦਿਨ ਸੋ ਸੰਜੋਗੜਾ, ਜ ਦ੍ਰਿਠੈ ਗੁਰਦਰਸ਼ਨ। ਇਹ ਹਜ਼ੂਰ ਦਾ ਦਰਸ਼ਨ ਪਾਉਣ ਵਾਸਤੇ ਸਿੱਖ ਸੰਗਤਾਂ ਬਹੁਤ ਆਉਂਦੀਆਂ ਹਨ, ਔਰ ਹਜ਼ੂਰ ਦੀ ਚਾਰ ਛਪੇਰੇ ਜੈ ਜੈਕਾਰ ਹੋ ਰਹੀ ਹੈ। ਮੇਰੇ ਸਤਿਗੁਰਾਂ ਨੇ ਇੱਕ ਰਣਜੀਤ ਨਗਾਰਾ ਬਣਾਇਆ, ਜੋ ਹਰ ਗੁਰਸਿੱਖ ਮਾਈ ਪਾਈ ਰਣਜੀਤ ਨਗਾਰੇ 'ਤੇ ਚੋਟ ਨਹੀਂ ਸੀ ਲਾ ਸਕਦਾ। ਕੋਈ ਬਿਰਲਾ ਯੋਧਾ ਸੀ ਜੋ ਰਣਜੀਤ ਨਗਾਰੇ 'ਤੇ ਚੋਟ ਮਾਰਦਾ ਸੀ। ਜਦੋਂ ਹਜ਼ੂਰ ਨੇ ਕਿਤੇ ਕਿਤਾਈ ਸ਼ਿਕਾਰ ਨੂੰ ਜਾਣਾ ਜਾਂ ਆਪਣੀ ਮੌਜ ਵਿੱਚ ਇੱਧਰ ਉੱਧਰ ਵਿਚਰਨਾ, ਨਗਾਰੇ 'ਤੇ ਚੋਟ ਲਗਾ ਕੇ ਨਿਕਲਣਾ, ਇਹ ਨਗਾਰੇ ਦੀ ਚੋਟ ਦੀ ਆਵਾਜ਼, ਹਜ਼ੂਰ ਦੇ ਝੂਲ ਦੇ ਝੰਡੇ, ਨਿਸ਼ਾਨ ਗੁਰੂ ਮਹਾਰਾਜ ਕੇ, ਸੱਚ 'ਤੇ ਦੀਵਾਨ ਰਹੇ, ਝੂਲ 'ਤੇ ਨਿਸ਼ਾਨ ਰਹੇ ਗੁਰੂ ਮਹਾਰਾਜ ਕੇ, ਇਹ ਧਮਾਲ, ਇਹ ਗੂੰਜ ਕੰਨਾਂ ਤੱਕ ਪਹੁੰਚੀ ਔਰੰਗਜ਼ੇਬ ਬਾਦਸ਼ਾਹ। ਔਰੰਗਜ਼ੇਬ ਬਾਦਸ਼ਾਹ ਆਪ ਜੀ ਨਾਲ ਖਾਰ ਖਾਂਦਾ ਸੀ, ਪਰ ਸਤਿਗੁਰੂ ਗੁਰੂ ਨਾਨਕ ਘਰ ਦਾ ਤਾਂ ਕਿਸੇ ਨਾਲ ਵੈਰ ਨਹੀਂ। ਉਹ ਤਾਂ ਪੈ ਕਾਹੂੰ ਕੋ ਦੇਤਨੈ ਨਹਿ ਪੈ ਮਾਨਤ, ਆਨ ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਐਲਾਨ ਕਰ ਦਿੱਤਾ ਬਾਦਸ਼ਾਹ ਨੇ, ਕੋਈ ਹੈ ਇਹੋ ਜਿਹਾ ਯੋਧਾ, ਕੋਈ ਹੈ ਇਹੋ ਜਿਹਾ ਸੂਰਵੀਰ ਜਿਹੜਾ ਕਲਗੀਧਰ ਮਹਾਰਾਜ ਜੀ ਨੂੰ ਪਕੜ ਕੇ ਲੈ ਕੇ ਆਵੇ, ਜਾਂ ਮੈਨੂੰ ਕੋਈ ਉਸ ਸੂਰਵੀਰ ਯੋਧੇ ਦੀ ਤਸਵੀਰ ਦਿਖਾਲੇ, ਉਸ ਯੋਧੇ ਦਾ ਮੈਨੂੰ ਦਰਸ਼ਨ ਕਰਾਵੇ। ਕੋਈ ਹੈ? ਇੱਕ ਉੱਠਿਆ, ਕੌਣ? ਹੱਥ ਦੇ ਨਾਲ ਤਸਵੀਰ ਤਿਆਰ ਕਰਨ ਵਾਲਾ ਪੇਂਟਰ, ਪੇਂਟਿੰਗ ਕਹਿ ਲਓ, ਪੇਂਟਰ ਕਰਨ ਵਾਲਾ, ਉਹ ਉੱਠਿਆ, ਮਹਾਰਾਜ ਮੈਨੂੰ ਹੁਕਮ ਕਰੋ, ਮੈਂ ਹੁਣੇ ਤਸਵੀਰ ਲੈ ਆਉਂਦਾ ਮਹਾਰਾਜ ਜੀ ਦੀ। ਇਹ ਚਲਾ ਜਾਂਦਾ ਅਨੰਦਪੁਰ ਸਾਹਿਬ। ਉਹਨਾਂ ਸਮੇਂ ਦੇ ਵਿੱਚ ਆ ਫੋਟੋਗ੍ਰਾਫਰ ਵਗੈਰਾ ਨਹੀਂ ਸੀ, ਆ ਪਿਕਚਰਾਂ ਨਹੀਂ ਸਨ ਬਣੀਆਂ, ਕੈਮਰੇ ਨਹੀਂ ਸਨ ਆਏ। ਉਹਨਾਂ ਸਮੇਂ 'ਚ ਕੋਈ ਪਿਆਰ ਵਾਲੇ ਸੱਜਣ ਹਜ਼ੂਰ ਦਾ ਚਿਹਰਾ ਦੇਖ ਕੇ ਹਜ਼ੂਰ ਦਾ ਸਰੂਪ ਤਿਆਰ ਕਰ ਲੈਂਦੇ, ਪਰ ਇਹ ਜਿਹੜਾ ਪ੍ਰੇਮੀ ਪੇਂਟਿੰਗ ਕਰਨ ਵਾਸਤੇ ਗਿਆ, ਅਤੇ ਜਦੋਂ ਸਾਹਮਣੇ ਮਹਾਰਾਜ ਜੀ ਦਾ ਨਜ਼ਾਰਾ ਦੇਖਦਾ, ਕਦੇ ਨੇਤਰਾਂ ਵੱਲ ਧਿਆਨ ਮਾਰਦਾ, ਕਦੇ ਮਸਤਕ ਵੱਲ ਧਿਆਨ ਮਾਰਦਾ, ਕਦੇ ਹਜ਼ੂਰ ਦੇ ਚਿਹਰੇ ਦੇ ਨੂਰ 'ਤੇ ਜ਼ੁਲਾਲ ਵੱਲ ਧਿਆਨ ਮਾਰਦਾ, ਕਦੇ ਹਜ਼ੂਰ ਦੀਆਂ ਲੰਮੀਆਂ ਲੰਮੀਆਂ ਦੋਨੋਂ ਬਾਹਾਂ, ਲੰਮਾ ਉੱਚਾ ਕੱਦ, ਸੋਹਣਾ ਸੁੰਦਰ ਸਡੋਲ ਸਰੀਰ, ਚੜ੍ਹਦੀ ਕਲਾ ਦੇ ਵਿੱਚ ਮਹਾਰਾਜ ਜੀ ਦਾ ਜਦੋਂ ਚਿਹਰਾ ਤੱਕਦਾ ਅਤੇ ਤਸਵੀਰ ਬਣਾਉਣੀ ਸ਼ੁਰੂ ਕਰਦਾ, ਅਤੇ ਜਦੋਂ ਮਹਾਰਾਜ ਜੀ ਸਾਹਮਣੇ
ਨੇਤਰ ਪਾਉਂਦੇ ਆ, ਸਾਹਮਣੇ ਝਾਕਦੇ ਆ, ਸਾਰੀ ਤਸਵੀਰ ਹੀ ਖਤਮ ਹੋ ਜਾਂਦੀ ਹੈ, ਸਾਰੀ ਫੋਟੋ ਹੀ ਖਤਮ ਹੋ ਜਾਂਦੀ ਹੈ। ਫਿਰ ਉਹ ਬੜੇ ਰੰਗ ਪੱਕੇ ਭਰ ਕੇ ਮਹਾਰਾਜ ਤਸਵੀਰ ਤਿਆਰ ਕਰ ਲੈਂਦਾ, ਬੜੀ ਕੋਸ਼ਿਸ਼ ਕਰਦਾ, ਬੜੀ ਖੇਚਲਾ ਕਰਦਾ। ਜਦੋਂ ਮੇਰੇ ਪਾਤਸ਼ਾਹ ਸਾਹਮਣੇ ਝਾਕਦੇ ਆ, ਉਹ ਸਾਰੀ ਤਸਵੀਰ ਹੀ ਖਤਮ ਹੋ ਜਾਂਦੀ, ਉਹ ਸਾਰਾ ਸਰੂਪ ਹੀ ਖਤਮ ਹੋ ਜਾਂਦਾ, ਨਾਮੋ ਨਿਸ਼ਾਨ ਹੀ ਕਾਗਜ਼ ਪੇਪਰ ਸਾਫ਼ ਹੀ ਹੋ ਜਾਂਦਾ ਕੋਰਾ। ਜਦੋਂ ਇਹ ਬੜੇ ਸਨ ਇੰਤਜ਼ਾਮ ਕੀਤੇ, ਪਰ ਮਹਾਰਾਜ ਜੀ ਦੀ ਸਰੂਪ, ਮਹਾਰਾਜ ਜੀ ਦਾ ਫੋਟੋ, ਮਹਾਰਾਜ ਦੀ ਪਿਕਚਰ ਤਿਆਰ ਨਾ ਕਰ ਸਕਿਆ। ਆ ਕੇ ਔਰੰਗਜ਼ੇਬ ਬਾਦਸ਼ਾਹ ਦੇ ਪਾਸ ਸਾਰੇ ਕਾਗਜ਼ ਸਾਰੇ ਪੇਪਰ ਰੰਗ ਡੋਲ ਦਿੱਤੇ। ਕੀ ਗੱਲ ਬਈ? ਕਹਿੰਦੇ ਮਹਾਰਾਜ, ਉਹ ਤਾਂ ਕਹਿਣ ਤੋਂ ਬਾਹਰੀ ਬਾਤ ਹੈ, ਉਹ ਕਿਸੇ ਰੰਗ ਰੂਪ ਵਿੱਚ ਨਹੀਂ, ਉਹ ਕਿਸੇ ਚਿਹਨ ਚੱਕਰ 'ਚ ਨਹੀਂ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਾਹੇ ਨ ਜਹਿ। ਨਹੀਂ ਨਹੀਂ, ਉਹ ਚਿਹਨ ਚੱਕਰ ਵਿੱਚ ਨਹੀਂ ਹੈ, ਉਹ ਤਾਂ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭ ਭਿੰਨ, ਜਿਸੈ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਉਹ ਤਾਂ ਰੂਪ ਰੇਖ ਤੋਂ ਨਿਆਰਾ ਹੈ, ਉਹ ਤਾਂ ਨਾ ਰੂਪ ਹੈ ਨਾ ਰੇਖ ਹੈ ਨਾ ਭੇਖ ਹੈ ਨਾ ਜਾਤ ਹੈ ਨਾ ਪਾਤ ਹੈ ਨਾ ਜਾਤ ਪਾਤ ਹੋਤ ਹੈ। ਔਰੰਗਜ਼ੇਬ, ਉਹ ਤਾਂ ਅੱਲਾ ਹੈ, ਖੁਦਾ ਹੈ। ਚੱਕਰ ਚਿਹਨ ਬਰਨ ਰੂਪ ਤੇਰਾ, ਲਖਿਆ ਨਾ ਜਾਵੇ ਮਾਲ, ਚਿਹਨ ਬਰਨ ਲਖਿਆ ਨਾ ਜਾਵੇ ਵਾਹਿਗੁਰੂ। ਲਖਿਆ ਨਾ ਜਾਵੇ ਚੱਕਰ ਚਿਹਨ ਬਰਨ, ਲਖਿਆ ਨਾ ਜਾਵੇ ਮਾਵਾ ਵਾਵਾ, ਲਖਿਆ ਨਾ ਜਾਵੇ ਪ੍ਰੀਤਮਾ, ਲਖਿਆ ਨਾ ਜਾਵੇ ਚੱਕਰ ਚਿਹਨ ਬਰਨ, ਲਖਿਆ ਨਾ ਜਾਵੇ ਵਾਹਿਗੁਰੂ, ਲਖਿਆ ਨਾ ਜਾਵੇ ਆਪੇ। ਹਰ ਇੱਕ ਰੰਗ ਹੈ ਆਪੇ ਬਰੰਗੀ, ਉਹ ਤਾਂ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਾਹੀਂ ਜੈ। ਉਹ ਤਾਂ ਚੱਕਰ ਚਿਹਨ ਤੋਂ ਨਿਆਰਾ ਹੀ ਹੈ, ਉਹ ਤਾਂ ਖੇਡ ਇੱਕ ਨਿਰਾਲੀ ਹੀ ਹੈ। ਸੁਣ ਵੱਡਾ ਆਖਿਆ ਸਭ ਕੋਏ, ਕੇਵਲ ਵੱਡਾ ਡਿੱਠਾ ਹੋਏ,
ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਹਿਬਾ ਗਹਿਰ ਗੰਭੀਰਾ, ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ। ਕਹਿ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਸਭ ਜੱਗ ਸਭ ਤਪ ਸਭ ਚਗਿਆਈਆ, ਸਿੱਧਾ ਪੁਰਖਾਂ ਕੀ ਵਡਿਆਈਆ। ਤੁਦ ਬਿਨ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾ ਠਾਕਰ ਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰ ਨਹਾਰਾ। ਉਹ ਤਾਂ ਇੱਕ ਅਗੰਮੀ ਖੇਡ ਹੈ ਰੰਗਜੀ ਬਾਦਸ਼ਾਹ, ਉਹਨਾਂ ਦਾ ਸਰੂਪ ਤਿਆਰ ਕਰਨਾ, ਫੋਟੋ ਜਾਂ ਚਿੱਤਰ ਪਿਕਚਰ ਤਿਆਰ ਕਰਨਾ, ਇਹ ਆਮ ਮਾਮੂਲੀ ਵਿਅਕਤੀ ਦਾ ਕੰਮ ਨਹੀਂ। ਉਹ ਤਾਂ ਚੱਕਰ ਚਿਹਨ ਰੂਪ ਰੰਗ ਤੋਂ ਨਿਆਰੇ ਹਨ। ਉਹ ਤਾਂ ਨਾ ਰੂਪ ਹੈ, ਨਾ ਰੰਗ ਹੈ, ਨਾ ਰੇਖ ਹੈ, ਨਾ ਭੇਖ ਹੈ, ਨਾ ਜਾਤ ਹੈ, ਨਾ ਪਾਤ ਹੈ, ਨਾ ਜਾਤ ਪਾਤ ਹੋਤ ਹੈ। ਮੈਂ ਨਹੀਂ ਜਾਣਦਾ ਇਹਨਾਂ ਗੱਲਾਂ, ਕਿਉਂਕਿ ਅਕਲ 'ਤੇ ਪਰਦਾ ਪੈ ਜਾਂਦਾ ਜਦੋਂ ਬਹੁਤਾ ਧਨ ਪਦਾਰਥ ਹੋਵੇ। ਹਕੂਮਤ ਦਾ, ਚੌਧਰ ਦਾ, ਰਾਜ ਭਾਗ ਦਾ ਨਸ਼ਾ ਜਦੋਂ ਬੰਦੇ ਨੂੰ ਹੋ ਜਾਂਦਾ ਨਾ, ਉੱਥੇ ਫਿਰ ਅਕਲ ਕੰਮ ਨਹੀਂ ਕਰਦੀ। ਇਹ ਛੇ ਪ੍ਰਕਾਰ ਦਾ ਸ਼ਸਤਰਾਂ ਨੇ ਮਦ ਹੰਕਾਰ ਮੰਨਿਆ। ਹਕੂਮਤ ਮਦ, ਧਨ ਮਦ, ਜਵਾਨੀ ਮਦ, ਵਿੱਦਿਆ ਮਦ। ਕਹਿਣ ਵਿੱਦਿਆ ਦਾ ਮਾਣ ਹੋ ਜਾਂਦਾ, ਮੈਂ ਪਤਾ ਨਹੀਂ ਕਿੱਡਾ ਕੁ ਵਿਦਵਾਨ ਹੈ। ਕਹਿੰਦੇ ਹਕੂਮਤ ਦਾ ਮਾਣ ਹੋ ਜਾਂਦਾ ਹੈ, ਕਈਆਂ ਨੂੰ ਰਾਜ ਭਾਗ ਦਾ ਨਸ਼ਾ ਹੋ ਜਾਂਦਾ, ਫਿਰ ਉੱਥੇ ਅਕਲ ਕੰਮ ਨਹੀਂ ਕਰਦੀ, ਹਰੀ ਨੂੰ ਮਾਣ ਨਹੀਂ ਪਾਉਂਦਾ। ਔਰੰਗਜ਼ੇਬ ਬਾਦਸ਼ਾਹ ਕਹਿੰਦਾ ਮੈਂ ਜਾਣਦਾ ਹੀ ਨਹੀਂ, ਕੋਈ ਹੈ ਹੋ ਜਾ ਯੋਧਾ ਸੂਰਬੀਰ ਜਿਹੜਾ ਪਾਤਸ਼ਾਹ ਨੂੰ ਜਿਉਂਦਿਆਂ ਨੂੰ ਪਕੜ ਕੇ ਲੈ ਕੇ ਆਵੇ। ਕਲਗੀ ਧਰਮ ਮਹਾਰਾਜ ਜਿਉਂਦਿਆਂ ਨੂੰ ਕੋਈ ਹੈ ਹੋ ਜਾ, ਕੌਣ ਉੱਠਿਆ? ਦੁੰਬੇ ਖਾਣ ਵਾਲਾ ਸੈਦ ਖਾਂ ਪਠਾਣ, ਦੁੰਬਾ ਬੱਕਰੇ ਨੂੰ ਕਿਹਾ। ਖਾ ਜਾਂਦੇ ਸੀ ਪਠਾਣ, ਪਹਿਲਾਂ ਆਉਂਦੇ ਸੀ ਹਿੰਗ ਵੇਚਣ ਸਾਡੇ ਇਲਾਕੇ 'ਚ, ਹੁਣ ਤਾਂ ਪਠਾਣ ਦੇਖਣ ਨੂੰ ਮਿਲਦੇ ਬੜੇ ਬੜੇ ਕੱਦਾਂ ਵਾਲੇ। ਖਾ ਜਾਂਦੇ ਹੋਣੇ ਬੱਕਰਾ ਬੱਕਰਾ, ਕੋਈ ਵੱਡੀ ਗੱਲ ਨਹੀਂ, ਖਾ ਜਾਂਦੇ ਹੋਣੇ। ਦੁੰਬੇ ਖਾਣ ਵਾਲਾ ਪਲਿਆ, ਬੜੇ ਤਕੜੇ ਤਕੜੇ ਡੋਲੇ, ਬਹੁਤ ਤਕੜਾ ਸਰੀਰ, ਕੱਦ ਕੱਟ, ਸੈਦ ਖਾਂ ਪਠਾਣ ਉੱਠਿਆ। ਮਹਾਰਾਜ ਮੈਨੂੰ ਹੁਕਮ ਕਰੋ, ਮੈਨੂੰ ਫੜਾਓ ਤਲਵਾਰ, ਮੈਂ ਹੁਣੇ ਪਕੜ ਕੇ ਲਿਆਉਂਦਾ ਮਹਾਰਾਜ ਨੂੰ। ਗਿਆ ਅਤੇ ਆਇਆ ਬਾਦਸ਼ਾਹ, ਕਹਿੰਦੇ ਵਾਹ ਸੈਦ ਖਾਂ, ਤੈਨੂੰ ਮੂੰਹੋਂ ਮੰਗਿਆ ਨਾ ਮਿਲੇਗਾ, ਜਾ ਲੈ ਕੇ ਆ। ਚੜ੍ਹਾਈ ਕਰ ਲਈ, ਜਿਵੇਂ ਕਿਸੇ ਵਕਤ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ 'ਤੇ ਸੁਲਹੀ ਖਾਂ ਨੇ ਚੜ੍ਹਾਈ ਕੀਤੀ ਸੀ। ਸੁਲਹੀ ਖਾਂ ਨੇ ਪ੍ਰਥਮ ਮਤਾ ਕਿਛ ਕਰੋ ਉਪਾਇਆ, ਮਤਾ ਪਕਾਇਆ ਮਹਾਰਾਜ ਜੀ ਨੇ, ਸੰਗਤਾਂ ਨੇ, ਮਹਾਰਾਜ ਕੋਈ ਉਪਾਅ ਕਰੋ, ਕੋਈ ਤਰੀਕਾ, ਕੋਈ ਢੰਗ ਸੋਚੋ, ਕੋਈ ਪੱਤਰਿਕਾ ਭੇਜੋ, ਰੰਗ ਪੱਤਰਿਕਾ ਭੇਜੋ ਸੁਲਹੀ ਖਾਂ ਨੂੰ, ਜਿਸ ਵਿੱਚ ਲਿਖ ਕੇ ਭੇਜੋ ਵੀ ਤੂੰ, ਅਸੀਂ ਤਾਂ ਸਾਡੇ ਨਾਲ ਤੇਰਾ ਕੋਈ ਵੈਰ ਵਿਰੋਧ ਨਹੀਂ, ਤੂੰ ਗੁਰੂ ਨਾਨਕ ਘਰ ਨਾਲ ਐਸਾ ਸਲੂਕ ਨਾ ਕਰ, ਤੂੰ ਵਾਪਸ ਮੁੜ ਜਾ। ਦੁਤੀਆ ਮਤਾ, ਜਦੋਂ ਦੂਸਰਾ ਮਤਾ ਪਕਾਇਆ, ਕੋਈ ਮਨੁੱਖ ਪਹਿਚਾਵੋ, ਕੋਈ ਬੰਦੇ ਚਾਰ ਭੇਜ ਦਿੰਦੇ ਹਾਂ ਮਹਾਰਾਜ, ਚਾਰ ਬੰਦੇ ਭੇਜ ਦਿੰਦੇ ਹਾਂ ਸੁਲਹੀ ਖਾਂ ਨੂੰ ਸਮਝਾ ਦੇਣ। ਦੁਤੀਆ ਮਤਾ ਕਿ ਮਨੁੱਖ ਪਹਿਚਾਵੋ, ਅਤੇ ਤ੍ਰਿਤੀਆ ਜਦੋਂ ਤੀਜਾ ਮਤਾ ਪਕਾਇਆ, ਮਹਾਰਾਜ ਜੀ ਨੂੰ ਹੁਕਮ ਭੇਜਿਆ, ਮਹਾਰਾਜ ਜੀ ਗੁਰੂ ਅਰਜਨ ਦੇਵ ਪੰਚਮ ਪਾਤਸ਼ਾਹ ਕਹਿੰਦੇ ਭਾਈ ਤ੍ਰਿਤੀਆ ਮਤਾ ਕਿਛ ਕਰੋ ਉਪਾਇਆ, ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਧਿਆਇਆ। ਮੈਨੂੰ ਤਾਂ ਕਾਲ ਪੁਰਖ 'ਤੇ ਭਰੋਸਾ ਹੈ, ਮੈਂ ਇਹਨਾਂ ਗੱਲਾਂ ਨੂੰ ਜਾਣਦਾ ਹੀ ਨਹੀਂ। ਮੇਰੇ ਧੰਨ ਗੁਰੂ ਰਾਮਦਾਸ ਮਹਾਰਾਜ ਬੜੇ ਡਾਢੇ ਹਨ, ਹੋਏਗਾ ਖਸਮ ਤਾਂ ਲਏਗਾ ਰਾਖ। ਹੋਇਆ ਕਿ ਜਦੋਂ ਇਹ ਸੁਲਹੀ ਖਾਂ ਚੜ੍ਹਾਈ ਕਰਕੇ ਆ ਰਿਹਾ ਗੁਰੂ ਨਾਨਕ ਘਰ 'ਤੇ, ਅਤੇ ਪੱਠਾ ਦੇਖਣ ਵਾਸਤੇ ਗਿਆ, ਅਤੇ ਕਹਿੰਦੇ ਇਤਿਹਾਸਕਾਰ ਦੱਸਦਾ ਪੱਠਾ ਇਹੋ ਉਹ ਡਰਿਆ ਘੋੜਾ ਪੱਠੇ ਤੋਂ, ਅੱਗ ਤੋਂ,
ਤੇ ਇਹੋ ਜਿਹਾ ਘੋੜਾ ਡਰਿਆ ਤੇ ਸਾਧ ਸਿੰਘ ਭੱਠੇ ਵਿੱਚ ਹੀ ਸਣੇ ਸੁਲੀ ਖਾਨ ਦੇ ਸਣੇ ਘੋੜਾ ਅੱਗ ਵਿੱਚ ਸੜ ਕੇ ਸਵਾਹ ਹੋ ਗਏ। ਅੱਗ ਵਿੱਚ ਸੜ ਸੁਲਹੀ ਤੇ ਨਾਰਾਇਣ ਰਾਖ ਸੁਲੀ ਕਾ ਹਾਥ ਕਹੀਂ ਨਾ ਪਹੁੰਚਾ ਸੁਲਹੀ ਹੋਏ ਮੂਹਾ ਨਾ ਪਾਕ। ਇਹ ਗੁਰਬਾਣੀ ਦੇ ਬਚਨ ਹੈ। ਜਦੋਂ ਮਹਾਰਾਜ ਨੂੰ ਪਤਾ ਲੱਗਿਆ ਵੀ ਸੁਲੀ ਖਾ ਤਾਂ ਰਸਤੇ 'ਚ ਹੀ ਮਰ ਗਿਆ ਮਹਾਰਾਜ ਜੀ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕਿਆ ਖੋਏ। ਉਹਨੂੰ ਕੋਈ ਮਾਰ ਨਹੀਂ ਸਕਦਾ ਕਿਉਂਕਿ ਉਹਦੇ ਚਿੱਤ ਦੇ ਵਿੱਚ ਪਾਪ ਸੀ। ਦਿਲ ਦੇ ਵਿੱਚ ਪਾਪ ਸੀ ਸੁਲਹੀ ਖਾਂ ਆਪੇ ਮਰ ਗਿਆ। ਦਿਲ ਦੇ ਵਿੱਚ ਪਾਪ ਸੀ ਸੁਲਹੀ ਖਾਂ ਆਪੇ ਮਰ ਗਿਆ। ਦਿਲ ਦੇ ਵਿੱਚ ਪਾਪ ਸੀ। ਸੁਲਗੀ ਖਾਂ ਆਪੇ ਸੁਲਹੀ ਖਾਂ ਸੁਲਗੀ ਖਾਂ ਆਪੇ ਮਰਿਆ। ਸੁਲਹੀ ਖਾਂ ਆਪੇ ਮਰ ਗਿਆ। ਦੇ ਵਿੱਚ ਪਾਪ ਸੀ ਸੁਲਹੀ ਖਾਂ ਮਨ ਦੇ ਵਿੱਚ ਪਾਪ ਸੁਲਹੀ ਖਾਂ ਆਪੇ ਮਰ ਗਿਆ। ਸੁਲਹੀ ਤੇ ਨਾਰਾਇਣ ਰਾਖ ਸੁਲੀ ਕਾ ਹਾਥ ਕਹੀਂ ਨਾ ਪੁੱਛੇ ਸੁਲੀ ਹੂ ਮੂਆ ਨਾ ਪਾਕ। ਪਾਪ ਵਰਾ ਪਾਪੀ ਕੋ ਪਿਆਰਾ ਪਾਪ ਲਦੇ ਪਾਪੇ ਪਸਾਰ। ਪਾਪੀ ਕੋ ਮਾਰਨੇ ਕੋ ਪਾਪ ਮਹਾਂਬਲੀ ਹੈ। ਇੱਧਰੋਂ ਸੈਦ ਖਾਂ ਪਠਾਣ ਨੇ ਡੰਕੇ ਵਜਾ ਲਏ ਫੌਜਾਂ ਚਾੜ ਲਈਆਂ ਅਤੇ ਕਲਗੀਧਰ ਮਹਾਰਾਜ ਨੂੰ ਪਕੜਨ ਵਾਸਤੇ ਚੱਲਿਆ ਅਤੇ ਸੰਢੌਰਾ ਆ ਗਿਆ। ਰਸਤੇ ਵਿੱਚ ਇਹਦੀ ਭੈਣ ਆ ਸੰਢੌਰੇ ਸ਼ਹਿਰ 'ਚ, ਫੌਜਾਂ ਨੂੰ ਕਹਿੰਦਾ ਵੀ ਤੁਸੀਂ ਇੱਥੇ ਤੰਬੂ ਲਾਓ, ਆਪਣਾ ਖਾਣਾ ਦਾਣਾ ਭੋਜਨ ਪਦਾਰਥ ਤਿਆਰ ਕਰੋ ਅਤੇ ਮੈਂ ਆਪਣੀ ਭੈਣ ਨੂੰ ਮਿਲਿਆ ਵਾਂ। ਸ਼ਹਿਰ ਦੇ ਬਾਹਰਲੇ ਪਾਸੇ ਤੰਬੂ ਲਾ ਤੇ ਸੈਦ ਖਾਂ ਦੀ ਫੌਜ ਨੇ ਅਤੇ ਭੈਣ ਨੂੰ ਮਿਲਣ ਵਾਸਤੇ ਜਾਂਦਾ ਬੀਬੀ ਨਸੀਰਾਂ ਨੂੰ। ਉਹ ਕਹਿੰਦੀ ਆ ਵੀਰ ਤੂੰ ਕਿੱਧਰ ਚੱਲਿਆ, ਮੱਥੇ ਤਿਉੜੀਆਂ, ਅੱਖਾਂ ਦੇ ਵਿੱਚ ਲਾਲੀ ਹੈ, ਚਿਹਰੇ ਰੰਗ ਬਦਲਿਆ ਹੋਇਆ, ਗੱਲ ਕੀ ਹੈ, ਬੜੇ ਗੁੱਸੇ ਅਤੇ ਕ੍ਰੋਧ ਵਿੱਚ ਹੈ। ਕਹਿੰਦੇ ਭੈਣ ਜੀ ਤੈਨੂੰ ਨਹੀਂ ਮਿਲਾ, ਤੈਨੂੰ ਖਬਰ ਨਹੀਂ ਮਿਲੀ, ਤੈਨੂੰ ਪਤਾ ਨਹੀਂ ਕੀ ਵੀਰ। ਕਹਿੰਦਾ ਮੈਂ ਤਾਂ ਕਲਗੀਧਰ ਮਹਾਰਾਜ ਨੂੰ ਪਕੜ ਕੇ ਲੈ ਕੇ ਆਉਣਾ, ਮੈਨੂੰ ਰੰਗ ਜੀ ਬਾਦਸ਼ਾਹ ਵੱਲੋਂ ਹੁਕਮ ਹੋਇਆ, ਮੂੰਹ ਮੰਗਿਆ ਨਾ ਮਿਲੇਗਾ। ਹਾਏ 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 ਵੀਰ ਨਾ ਮੁੜ ਜਾ, ਕਾਨੂੰ ਬਣਦੀਆਂ ਛੱਪੜੀਏ ਦਾਵੇ ਨਾਲ ਸਮੁੰਦਰਾ ਬਣਦੀਆਂ ਛੱਪੜੀਏ ਨਾਲ ਸਮੁੰਦਰਾਂ ਦੇ
ਸਾਰੇ ਬੋਲੋ ਮੇਰੇ ਪਿਆਰੇ ਜੀ ਨਾਲ ਸਮੁੰਦਰਾਂ ਵਾਵਾ ਵਾਵਾ ਨਾਲ ਸਮੁੰਦਰਾਂ ਦੇ ਕਾਨੂੰ ਬੰਦੀਆਂ ਚ ਪੜੀ ਦਾਵੇ ਕਾਨੂੰ ਬੰਦੀਆਂ ਚ ਪੜੀ ਦਾਵੇ ਹੰਸਾਂ ਵੇਖ ਤਰੰਦਿਆਂ ਬੱਗਾ ਪੀ ਆਇਆ ਚਾਓ ਡੁੱਬ ਮੂਏ ਬੱਗ ਬਪੜੇ ਸਿਰ ਤਰ ਉੱਪਰ ਪਾਓ ਰੀਸਾਂ ਕਰੇ ਤਨਾੜੀਆਂ ਜੋ ਸੇਵਾ ਦਰਖੜੀਆਂ ਨਾਲ ਖਸਮੈ ਰਤੀਆਂ ਕਹਿੰਦੇ ਉਹ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਟੱਕਰ ਲਾਉਣ ਜਾ ਰਿਹਾ ਗੁਰੂ ਨਾਨਕ ਘਰ ਨਾਲ ਵੀਰ ਨਾ ਤੂੰ ਮੁੜ ਜਾ ਉਹ ਤਾਂ ਖੁਦਾ ਵਲੀ ਅੱਲਾ ਇਹ ਬੀਬੀ ਨਸੀਰਾਂ ਗੁਰੂ ਨਾਨਕ ਘਰ ਤੇ ਗੁਰੂ ਗੋਬਿੰਦ ਸਿੰਘ ਮਾਰ ਤੇ ਸ਼ਰਧਾ ਰੱਖਦੀ ਸੀ ਮੁੜ ਜਾ ਵੀਰਿਆ ਮੁੜ ਜਾ ਉਹ ਤਾਂ ਖੁਦਾ ਵਲੀ ਅੱਲਾ ਤੂੰ ਹਾਰ ਖਾ ਜਾਏਗਾ ਨਹੀਂ ਪੈਣਾ ਹੁਣ ਨਹੀਂ ਮੈਂ ਮੁੜਾਂਗਾ ਹੁਣ ਤਾਂ ਫੌਜਾਂ ਚੜ੍ਹਾਈਆਂ ਡੰਕੇ ਵੱਜ ਗਏ ਆ ਨਗਾਰੇ ਵੱਜ ਗਏ ਆ ਝੰਡੇ ਝੂਲ ਰਹੇ ਹੁਣ ਨਹੀਂ ਅੱਛਾ ਵੀਰ ਤੇਰੀ ਮਰਜ਼ੀ ਆ ਪਰ ਮੈਨੂੰ ਅਰਦਾਸ ਕਰ ਲੈਣ ਦੇ ਕਰ ਲੈ ਭੈਣ ਅਰਦਾਸ ਬੀਬੀ ਨਸੀਰਾਂ ਅਰਦਾਸ ਕੀਤੀ ਹੇ ਮੇਰੇ ਵਲੀ ਅੱਲਾ ਹੇ ਮੇਰੇ ਖੁਦਾਵੰਦ ਕਰੀਮ ਹੇ ਮੇਰੇ ਅਕਾਲ ਪੁਰਖ ਪਰਮਾਤਮਾ ਮੇਰੇ ਭਰਾ ਦੀ ਹੋਵੇ ਹਾਰ ਅਤੇ ਕਲਗੀ ਧਰ ਮਹਾਰਾਜ ਜੀ ਦੀ ਹੋਵੇ ਜਿੱਤ ਤੇਰੇ ਨਾਮ ਦੀ ਚੜ੍ਹਦੀ ਕਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਅਤੇ ਜਦੋਂ ਸੈਦ ਖਾਂ ਪਠਾਣ ਨੇ ਅਰਦਾਸਾਂ ਸੁਣਿਆ ਭੈਣ ਜੀ ਇੱਕੋ ਢਿੱਡੋ ਜੰਮੇ ਅਤੇ ਮੇਰੇ ਖਿਲਾਫ ਅਰਦਾਸ ਮੇਰੀ ਉਲਟ ਗੱਲ ਹਾਂ ਵੀਰ ਨਾ ਮੈਂ ਤੈਨੂੰ ਕਹਿ ਦਿੱਤਾ ਤੂੰ ਮੁੜ ਜਾ ਉਹ ਕਿੱਥੇ ਕਲਗੀਧਰ ਮਹਾਰਾਜ ਕਿੱਥੇ ਤੂੰ ਕਿੱਥੇ ਬੇਸ਼ੁਮਾਰ ਸਮੁੰਦਰ ਅਤੇ ਕਿੱਥੇ ਛੋਟੀ ਛੱਪੜੀ ਕਿੱਥੇ ਹੰਸ ਅਤੇ ਕਿੱਥੇ ਬਗਲਾ ਕਿੱਥੇ ਹੰਸਾਂ ਦੀ ਉਡਾਰੀ ਕਿੱਥੇ ਟਟੀਰੀ ਦੀ ਉਡਾਰੀ ਹੰਸਾਂ ਵੇਖ ਟਟੀਰੀ ਕਿਉਂ ਪਹੁੰਚਿਆ ਦੌੜੀ ਉਹ ਗਿੱਦੜ ਦਾਫਨਾ ਉੱਕੜਾ ਆਖਾ ਥੂਹ ਕੌੜੀ ਗਿੱਦੜ ਦਾ ਮੂੰਹ ਨਹੀਂ ਪਹੁੰਚਦਾ ਦਾਖਾਂ ਕਹਿੰਦਾ ਕੌੜੀਆਂ ਹਨ ਹੁਣ ਗਿੱਦੜ ਨੂੰ ਕੌਣ ਸਮਝਾਵੇ ਵੀ ਦਾਖਾਂ ਮਿੱਠੀਆਂ ਹੁੰਦੀਆਂ ਹਨ ਕੌਣ ਸਮਝਾਵੇ ਸਾਰੀ ਦੁਨੀਆ ਮੰਨਦੀ ਹੈ ਵੀ ਰੱਬ ਹੈ ਮਨਮੁੱਖ ਨਹੀਂ ਮੰਨਦਾ ਸਾਰੀ ਦੁਨੀਆ ਮੰਨਦੀ ਸਾਰੇ ਜੀ ਮੰਨਦੇ ਆ ਵੀ ਸੂਰਜ ਹੈ ਪਰ ਇਕੱਲਾ ਉੱਲੂ ਨਹੀਂ ਮੰਨਦਾ ਉੱਲੂ ਨੂੰ ਕੌਣ ਸਮਝਾਵੇ ਵੀ ਸੂਰਜ ਹੈ ਉੱਲੂ ਨੂੰ ਦੀਦਾ ਨਹੀਂ ਹੁੰਦਾ ਜਦੋਂ ਸੂਰਜ ਚੜ੍ਹਦਾ ਉੱਲੂ ਨਹੀਂ ਮੰਨਦਾ ਇਸ ਤਰ੍ਹਾਂ ਜਿਨ੍ਹਾਂ ਦੀਆਂ ਉੱਲੂਆਂ ਵਾਲੀਆਂ ਬਿਰਤੀਆਂ ਹਨ ਉਹ ਰੱਬ ਨੂੰ ਕੈਸੇ ਮੰਨ ਲੈਣਗੇ ਰੱਬ ਹਰ ਜਾ ਰਮਿਆ ਹੋਇਆ ਜਿਵੇਂ ਦੁੱਧ ਦੇ ਵਿੱਚ ਘਿਓ ਹੈ ਜਿਵੇਂ ਬਦਾਮ ਵਿੱਚ ਬਦਾਮ ਰੋਗਣ ਹੈ ਜਿਵੇਂ ਲੱਕੜੀ ਵਿੱਚ ਅੱਗ ਹੈ ਜਿਵੇਂ ਫੁੱਲ ਦੇ ਵਿੱਚ ਖੁਸ਼ਬੂ ਹੈ ਇਸ ਤਰ੍ਹਾਂ ਰੱਬ ਹਰ ਥਾਂ ਰਮਿਆ ਹੋਇਆ ਹੈ ਪਰ ਦਿਸੇਗਾ ਕਦੋਂ ਜਦੋਂ ਸਾਰਾ ਗਿਆਨ ਨੇਤਰ ਖੁੱਲ੍ਹੇਗਾ ਗਿਆਨ ਨੇਤਰ ਕਦੋਂ ਖੁੱਲ੍ਹੇਗਾ ਜਦੋਂ ਅਸੀਂ ਗੁਰੂ ਵਾਲੇ ਬਣ ਕੇ ਖੰਡੇ ਵੱਟ ਦੀ ਪਹੁਲ ਛੱਕ ਕੇ ਪੰਜਾਂ ਪੈਰਾਂ ਦੇ ਉਪਦੇਸ਼ ਨੂੰ ਕਮਾਵਾਂਗੇ ਗੁਰੂ ਗੁਰੂ ਜਪਾਂਗੇ ਉਹ ਸਾਡਾ ਤੀਸਰਾ ਗਿਆਨ ਨੇਤਰ ਖੁੱਲ੍ਹੇਗਾ ਮੁੜ ਜਾ ਵੀਰਿਆ ਮੁੜ ਜਾ ਪਰ ਨਹੀਂ ਮੁੜਿਆ
ਉਧਰੋਂ ਮੇਰੇ ਸਤਿਗੁਰੂ ਜੀ ਕਲਗੀ ਧਰ ਪਿਤਾ ਕੱਟ ਕੱਟ ਕੇ ਅੰਤਰ ਕੀ ਜਾਣਤ ਅੰਤਰ ਕੀ ਜਾਨ ਭਲੇ ਬੁਰੇ ਕੀ ਪੀਰ ਪਛਾਣਤ ਪੀਰ ਪਛਾਣ ਚਰ ਅਸਥੂਲਾ ਕੁੰਚਰ ਅਸਥੂਲਾ ਸਭ ਪ੍ਰਭ ਕਿਰਪਾ ਦ੍ਰਿਸ਼ਟ ਕਰ ਦ੍ਰਿਸ਼ਟ ਕਰ ਫੂਲ ਕੱਟ ਕੱਟ ਕੇ ਅੰਤਰ ਕੀ ਜਾਣਤ ਉਹ ਸਾਰਿਆਂ ਦਿਲਾਂ ਦੀਆਂ ਜਾਣਨ ਹਾਰੇ ਮੇਰੇ ਸਤਿਗੁਰੂ ਭਲੇ ਬੁਰੇ ਕੀ ਪੀਰ ਪਛਾਣਤ ਉਹ ਭਲਿਆਂ ਨੂੰ ਵੀ ਜਾਣਦਾ ਬੁਰਿਆਂ ਨੂੰ ਵੀ ਜਾਣਦਾ ਕਿਹੜਾ ਕਿੰਨੀ ਕੁ ਭਾਵਨਾ ਚੱਲ ਕੇ ਆਉਂਦਾ ਉਹ ਸਾਰਿਆਂ ਨੂੰ ਜਾਣਦੇ ਆ ਕਿਹਦੀ ਕਿਹੋ ਜਿਹੀ ਦ੍ਰਿਸ਼ਟੀ ਆ ਸਤਿਗੁਰੂ ਦੇ ਹਿਰਦੇ ਦੀ ਪੱਟੀ ਪੜ ਲੈਂਦਾ ਜਦੋਂ ਅਸੀਂ ਘਰੋਂ ਹੀ ਤੁਰਦੇ ਹਾਂ ਘਰੋਂ ਤੁਰਦੇ ਹਾਂ ਸਤਿਗੁਰੂ ਅੰਤਰ ਜਾਮੀ ਹੈ ਅੰਤਰ ਵਹਿ ਕੇ ਕਾਰ ਕਮਾਵੇ ਸੋਚੋ ਕੁੰਟੀ ਜਾਣੀ ਹੈ ਉਹ ਤਾਂ ਚੌਹੋਂ ਕੁੰਟਾਂ 'ਚ ਜਾਣਦਾ ਚੌਹੋਂ ਕੁੰਟਾਂ 'ਚ ਉਹ ਮੇਰੇ ਸਤਿਗੁਰੂ ਤਰਕਾਲ ਦਰਸੀ ਕੱਟ ਕੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣ ਚਿੰਟੀ ਤੇ ਕੁੰਚਰ ਸਥੂਲਾ ਉਹ ਮੇਰੇ ਵਾਹਿਗੁਰੂ ਦੀ ਦਰਸੀ ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰਿਆਂ 'ਤੇ ਹੈ ਇੱਥੇ ਸਵਾਲੀ ਸਵਾਲ ਕਰੇਗਾ ਵੀ ਪਾਪੀਆਂ 'ਤੇ ਵੀ ਹੈ ਸ਼ਰਾਬੀਆਂ 'ਤੇ ਵੀ ਹੈ ਕਸਾਈਆਂ 'ਤੇ ਵੀ ਹੈ ਇਹ ਸਾਰਿਆਂ 'ਤੇ ਮਹਾਰਾਜ ਕਹਿੰਦੇ ਹਾਂ ਕਿਰਪਾ ਹੈ ਸਾਰਿਆਂ 'ਤੇ ਪਰ ਸਮਝ ਕੈਸੇ ਪਵੇ ਮਹਾਰਾਜ ਕਲਗੀਧਰ ਪਿਤਾ ਕਹਿੰਦੇ ਪ੍ਰੇਮੀਓ ਸਮਝ ਤਾਂ ਪਵੇਗੀ ਕੱਲ ਨੂੰ ਮੋਲੇ ਧਰਮੀ ਪਵੇਗਾ ਤੁਸੀਂ ਦੋ ਭਾਂਡੇ ਰੱਖ ਲਿਓ ਇੱਕ ਸਿੱਧਾ ਅਤੇ ਇੱਕ ਮੁੱਦਾ ਮੋਲੇ ਧਰਮੀ ਪਵੇਗਾ ਤੁਸੀਂ ਇਹ ਦੇਖ ਲੈਣਾ ਵੀ ਭਰਿਆ ਕਿਹੜਾ ਅਤੇ ਖਾਲੀ ਕਿਹੜਾ ਰਹਿ ਇਹ ਦੇਖ ਲੈਣਾ ਪ੍ਰੇਮੀਆਂ ਨੇ ਉਸਾ ਕੀਤਾ ਦੂਜੇ ਦਿਨ ਮੋਲੇ ਧਰਮੀ ਪਿਆ ਦੋ ਭਾਂਡੇ ਰੱਖੇ ਗਏ ਇੱਕ ਮੁੱਦਾ ਅਤੇ ਇੱਕ ਸਿੱਧਾ ਅਤੇ ਭਰਿਆ ਕਿਹੜਾ ਆਪ ਤੁਸੀਂ ਪੜ੍ਹੇ ਲਿਖੇ ਲੁਧਿਆਣੇ ਦਾ ਇਲਾਕਾ ਦਾ ਖਾਸ ਕਰਕੇ ਬਹੁਤਾ ਪੜ੍ਹਿਆ ਲਿਖਿਆ ਆਪ ਪੜ੍ਹੇ ਲਿਖੇ ਹੋ ਸਮਝੋ ਵੀ ਭਰਿਆ ਕਿਹੜਾ ਜਿਹੜਾ ਸਿੱਧਾ ਸੀ ਖਾਲੀ ਕਿਹੜਾ ਰਿਹਾ ਜਿਹੜਾ ਮੁੱਦਾ ਸੀ ਬਾਰਿਸ਼ ਤਾਂ ਦੋਨਾਂ ਭਾਂਡਿਆਂ 'ਤੇ ਇੱਕੋ ਜਿਹੀ ਪਈ ਦੋ ਘੰਟੇ ਡੇਢ ਘੰਟੇ ਮੋਹਲੇ ਤਾਰ ਮੀਂਹ ਪਿਆ ਦੋਨਾਂ ਭਾਂਡਿਆਂ 'ਤੇ ਮੁੱਦੇ 'ਤੇ ਅਤੇ ਸਿੱਧੇ 'ਤੇ ਵੀ ਹੁਣ ਚਾਰ ਦਿਨ ਬਾਰਿਸ਼ ਪਈ ਹੈ ਅੱਜ ਪੰਜਵਾਂ ਦਿਨ ਹੈ ਅੱਜ ਵੀ ਮੋਹਲੇ ਤਾਰ ਮੀਂਹ ਪਿਆ ਹੈ ਮਹਾਂਪੁਰਖ ਬਾਬਾ ਪੰਜਾਬ ਸਿੰਘ ਜੀ ਮਹਾਂਪੁਰਖ ਬੱਦਲ ਸਰੂਪ ਬਣ ਕੇ ਆਉਂਦੇ ਆ ਨਾਮ ਦੀਆਂ ਝੜੀਆਂ ਲਾਉਂਦੇ ਆ ਵਰਸ਼ਾ ਲਾਉਂਦੇ ਆ ਮੋਹਲੇ ਤਾਰ ਮੀਂਹ ਪੈਂਦਾ ਰਿਹਾ ਪਰ ਭਰਿਆ ਕਿਹੜਾ ਜਿਨ੍ਹਾਂ ਦੇ ਹਿਰਦੇ ਰੂਪੀ ਭਾਵਨਾ ਰੂਪੀ ਭਾਂਡੇ ਬਰਤਨ ਸਿੱਧੇ ਸਨ ਉਹ ਤਾਂ ਨੱਕੋ ਨੱਕ ਭਰ ਗਏ ਅਤੇ ਜਿਨ੍ਹਾਂ ਦੇ ਹਿਰਦੇ ਰੂਪੀ ਭਾਂਡੇ ਪੁੱਠੇ ਸਨ ਉਹ ਸੱਖਣੇ ਰਹਿ ਗਏ ਖਾਲੀ ਰਹਿ ਗਏ ਰਹਿ ਜਾਂਦੇ ਮਹਾਰਾਜ
ਰਹਿ ਜਾਂਦੇ ਆ ਨੀਅਰ ਦੀ ਚਰਚ ਫਾਰਦਰ ਫਰੋਮ ਗੋਡ, ਪਰਮਾਤਮਾ ਦੇ ਨੇੜੇ ਰਹਿ ਕੇ ਵੀ ਕਈ ਇਨਸਾਨ ਭੁੱਖੇ ਰਹਿ ਜਾਂਦੇ ਆ। ਚਿੱਚੜ ਦੁੱਧ ਦੇ ਕੋਲ ਹੁੰਦਾ ਹੈ ਪਰ ਚਿੱਚੜ ਨੂੰ ਇਹ ਨਹੀਂ ਪਤਾ ਮੇਰੇ ਕੋਲ ਅੰਮ੍ਰਿਤ ਵੀ ਹੈ, ਮੇਰੇ ਕੋਲ ਦੁੱਧ ਵੀ ਹੈ। ਅੰਮ੍ਰਿਤ ਕੀ ਸਾਰ ਸਾਰ ਕੋਈ ਜਾਣੇ, ਕੋਈ ਅੰਮ੍ਰਿਤ ਕਾ ਵਪਾਰੀ ਜੀ। ਉਹ ਕਹਿੰਦੇ ਜਿਹੜੇ ਅੰਮ੍ਰਿਤ ਦੇ ਵਪਾਰੀ ਹੈ ਬਣਜਾਰੇ ਉਹੀ ਜਾਣਦੇ, ਦੂਜੇ ਨੂੰ ਕੀ ਪਤਾ ਅੰਮ੍ਰਿਤ ਬਾਰੇ। ਸੋ ਜਾਣੈ ਜਿਨ ਚਾਖਿਆ ਹਰ ਨਾਮ ਅਮੋਲਾ, ਕੀਮਤ ਕਹੀ ਨਾ ਜਾਈਏ ਕਹਿ ਕਹਿ ਮੁਖ ਬੋਲਾ, ਸਫਲ ਦਰਸ ਤੇਰਾ ਪਾਰ ਬ੍ਰਹਮ ਗੁਣੇ ਦੇ ਤੇਰੀ ਬਾਣੀ, ਪਾਵੋ ਧੂੜ ਤੇਰੇ ਦਾਸ ਕੀ ਨਾਨਕ ਕੁਰਬਾਣੀ। ਉਹੀ ਜਾਣੇ ਨਾ ਜਿਹੜਾ ਗਾਹਕ ਹੈ ਜਿਹੜਾ ਬਣਜਾਰਾ ਹੈ, ਦੂਜਿਆਂ ਨੂੰ ਕੀ ਸਾਰ। ਗੁਣ ਕਾ ਗਾਹਕ ਜੇ ਮਿਲੇ ਤੋ ਗੁਣ ਲੱਖ ਵਿਕਾਏ, ਜੇ ਗੁਣਾਂ ਦਾ ਗਾਹਕ ਹੋਊ ਇਹੀ ਗੁਣ ਲੱਖਾਂ ਨੂੰ ਵਿਕ ਜਾਣਗੇ। ਕੋਈ ਆਏਗਾ ਗਾਹਕੂ ਲੇਗਾ ਮਹਿੰਗੇ ਮੋਲ, ਬਿਨ ਗਾਹਕ ਗੁਣ ਵਿੱਚ ਐਵੇਂ ਨਾ ਪੋਟਲੀ ਖੋ ਕੇ ਬਹਿ ਜੀ। ਕੋਈ ਉਧਕਾਰੀ ਨਹੀਂ, ਕੋਈ ਬਣਜਾਰਾ ਹੀ ਨਹੀਂ, ਕੋਈ ਕਦਰਦਾਨ ਹੀ ਨਹੀਂ, ਐਵੇਂ ਪੰਡ ਗੰਢ ਖੋਲ੍ਹ ਕੇ ਬਹਿ ਜਾਵੇਂ। ਇਹ ਨਹੀਂ ਸਤਿਗੁਰੂ ਤੈਨੂੰ ਸਿਖਾਉਂਦੇ, ਬਾਣੀ ਸਿਖਾਉਂਦੀ। ਬਾਣੀ ਤਾਂ ਕਹਿੰਦੇ ਜਿੱਥੇ ਗਾਹਕ ਹੈ ਜਿੱਥੇ ਅਧਿਕਾਰੀ ਹੈ ਉੱਥੇ ਖਜ਼ਾਨਾ ਖੋਲ, ਨਹੀਂ ਤਾਂ ਚੁੱਪ ਕਰ ਜਾ। ਕਬੀਰਾ ਰਾਮ ਪਦਾਰਥ ਪਾਏ ਕਹਿ, ਉਹ ਕਬੀਰਾ ਗਾਂਠ ਨਾ ਖੋਲ, ਨਹੀਂ ਪਟਨ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਮੋਲ। ਆਪਣੇ ਹਿਰਦੇ 'ਚ ਆਨੰਦ ਲੈ ਲਾ ਜੇ ਅਧਿਕਾਰੀ ਨਹੀਂ। ਖਾਲੀ ਰਹਿ ਜਾਂਦੇ ਆ ਜਿਨ੍ਹਾਂ ਦੇ ਹਿਰਦੇ ਰੂਪੀ ਭਾਂਡੇ ਮੁੱਦੇ ਆ, ਮੁੱਦੇ ਸੱਖਣੇ ਰਹਿ ਜਾਂਦੇ ਆ। ਜਿਨ੍ਹਾਂ ਦੇ ਹਿਰਦੇ ਰੂਪੀ ਬਰਤਨ ਸਿੱਧੇ ਹੈ ਅਤੇ ਉਹ ਨੱਕੋ ਨੱਕ ਭਰ ਜਾਂਦੇ ਹੈ। ਬਾਰਿਸ਼ ਦਾ ਸਾਰੇ ਭਾਂਡਿਆਂ 'ਤੇ ਇੱਕੋ ਜੀ, ਜਿਵੇਂ ਸੂਰਜ ਚੜ੍ਹਦਾ ਸਾਰਿਆਂ ਨੂੰ ਧੁੱਪ ਇੱਕੋ ਜੀ ਦਿੰਦਾ, ਪਰ ਪ੍ਰਕਾਸ਼ ਤਾਂ ਉਹਨਾਂ ਨੂੰ ਮਿਲਣਾ ਜਿਨ੍ਹਾਂ ਨੇ ਧੁੱਪੇ ਬਹਿਣਾ, ਸਾਹਮਣੇ ਬਹਿਣਾ ਸੂਰਜ ਦੇ, ਉਹਨਾਂ ਨੂੰ ਪੈਣੀ ਹੈ ਧੁੱਪ, ਉਹਨਾਂ ਨੂੰ ਪੈਣਾ ਪ੍ਰਕਾਸ਼। ਇਉਂ ਸਤਿਗੁਰੂ ਕਹਿੰਦੇ ਕਿਰਪਾ ਤਾਂ ਸਾਰਿਆਂ 'ਤੇ ਹੀ ਹੈ, ਚਿੰਟੀ ਅਤੇ ਕੁੰਚ ਰਸੂਲਾ ਸਭ ਪਰ ਕਿਰਪਾ ਦ੍ਰਿਸ਼ ਕਰ ਫੁੱਲਾ। ਹੁਣ ਤੁਰਿਆ ਆਉਂਦਾ ਸਾਇਦ ਕਾ ਫਟਣ ਅੰਤਰਜਾਮੀ ਸਤਿਗੁਰੂ ਕਹਿੰਦੇ ਸਿੰਘੋ ਖਬਰਾਂ ਮਿਲੀਆਂ ਵੀ ਸੈਦਖਾ ਪਠਾਣ ਚੜ੍ਹਾਈਆਂ 'ਤੇ ਹੈ, ਚਲੋ ਆਪਾਂ ਜਵਾਬ ਦੇਈਏ। ਸਤਿਗੁਰੂ ਨੇ ਕੋਈ ਜੰਗ ਆਪਣੀ ਲੜੀ ਆਪ ਚੜ੍ਹਾਈ ਕਰਕੇ ਨਹੀਂ ਗਏ, ਜਿਹੜਾ ਚੜ੍ਹ ਕੇ ਆਇਆ ਉਹਨੂੰ ਜਵਾਬ ਜ਼ਰੂਰ ਦਿੱਤਾ, ਕਿਸੇ ਨੂੰ ਭੈ ਦਿੱਤਾ ਨਹੀਂ, ਕਿਸੇ ਦਾ ਭੈ ਮੰਨਿਆ ਵੀ ਨਹੀਂ। ਇਹ ਮਹਾਰਾਜ ਦੇ ਘਰ ਦੀ ਮਰਜ਼ਾਦਾ ਸੀ, ਜਿਹੜਾ ਚੜ੍ਹ ਕੇ ਉਹਨੂੰ ਜਵਾਬ ਜ਼ਰੂਰ ਦਿੱਤਾ। ਜਦੋਂ ਸੈਦਖਾ ਪਠਾਣ ਨੇੜੇ ਆਇਆ ਨਾ, ਮਨ 'ਚ ਸੋਚਦਾ ਵੀ ਕਲਗੀਧਰ ਮਹਾਰਾਜ ਜੀ ਇਕੱਲੇ ਆਉਣ ਮੈਦਾਨ 'ਚ, ਇਕੱਲੇ ਆਉਣ, ਫਿਰ ਮੈਂ ਦੇਖਾਂ ਕਿੱਡੇ ਕੁ ਬਲਵਾਨ ਹੈ, ਕਿੱਡੇ ਕੁ ਯੋਧੇ ਹੈ। ਸੁਣੇ ਆ ਵੀ ਘੋੜ ਸਵਾਰ ਬੜੇ ਚੰਗੇ, ਤੀਰ ਅੰਦਾਜ਼ੀ ਬੜੇ ਸੋਹਣੇ ਹੈ, ਤਲਵਾਰ ਦੇ ਧਣੀ ਹੈ, ਯੋਧਿਆਂ ਯੋਧੇ ਸੂਰਬੀਰਾਂ 'ਚੋਂ ਸੂਰ ਵੇਰੇ ਹੈ। ਮੇਰੇ ਅਕਾਲ ਪੁਰਖ ਰਾਜ ਮੈਂ ਰਾਜਾ, ਜੋਗ ਮੈਂ ਜੋਗੀ, ਤਪ ਮੈਂ ਤਪੀਸਰ, ਗ੍ਰਸਤ ਮੈਂ ਭੋਗੀ, ਰਾਜਾਨ ਦਾਨ ਪਹਨਾਨ ਪਹਨਾਨ ਦੀਵਾਨ ਦੇ ਉਪਮਾ ਮਹਾਨ। ਫਿਰ ਮੈਂ ਦੇਖਾਂਗਾ ਇਕੱਲੇ ਆਉਣ। ਮੇਰੇ ਸਤਿਗੁਰੂ ਅੰਤਰਜਾਮੀ ਦਿਲਾਂ ਦੀਆਂ ਜਾਣ ਹਾਰੇ, ਮਹਾਰਾਜ ਕਹਿੰਦੇ ਸਿੰਘੋ ਠਹਿਰ ਜਾਓ। ਕਹਿੰਦੇ ਮਹਾਰਾਜ ਸੈਦਖਾਂ ਪਠਾਣ ਦੀ ਫੌਜ ਯਾਦ ਹੈ? ਕਹਿੰਦੇ ਨਹੀਂ ਨਹੀਂ, ਉਹਦੇ ਮਨ ਦੀ ਭਾਵਨਾ ਪੂਰੀ ਕਰ ਲੈਣ ਦਿਓ। ਮਹਾਰਾਜ ਜੀ ਇਕੱਲੇ ਮੈਦਾਨ 'ਚ ਨਿਤਰੇ, ਕਹਿੰਦੇ ਆ ਬਈ ਸੈਦਖਾਂ ਕਰ ਲੈ ਆਪਣੇ ਮਨ ਦੀ ਮੁਰਾਦ ਪੂਰੀ, ਆ ਜਾ ਤੇਰੇ ਮਨ ਦਾ ਫੁਰਨਾ ਕਰ ਲੈ ਪੂਰਾ, ਅਸੀਂ ਇਕੱਲੇ ਖੜੇ ਹਾਂ। ਪਰ ਸੈਦਖਾਂ ਪਠਾਣ ਇਹਨਾਂ ਸਭ ਜੀ ਗੁਰੂ ਗੋਬਿੰਦ ਸਿੰਘ ਇਕੱਲਾ, ਇਹਦੇ ਨਾਲ ਅੱਲਾ, ਇਹਦੇ ਨਾਲ ਅੱਲਾ, ਇਹਦੇ ਨਾਲ ਖੁਦਾ ਹੈ, ਤੂੰ ਇਹ ਨਾ ਸਮਝੀ ਮੈਂ ਇਕੱਲਾ ਹਾਂ, ਆ ਜਾ ਤੂੰ ਪਰ ਮਨ ਦੀ ਮੁਰਾਦ ਪੂਰੀ ਕਰ ਲੈ। ਜਦੋਂ ਸੈਦਖਾਂ ਪਠਾਣ ਨੇੜੇ ਆਇਆ, ਮਹਾਰਾਜ ਨੇਤਰਾਂ 'ਚ ਨੇਤਰ ਪਾਏ, ਤਾਂ ਫਿਰ ਕੀ ਹੋਇਆ? ਸੈਦਖਾਂ ਪਠਾਣ ਹਜ਼ੂਰ ਦਾ ਦਰਸ਼ਨ ਕਰਕੇ ਨਾਨਕ ਨਦਰੀ ਨਦਰ ਨਿਹਾਲ ਹੋ ਗਿਆ, ਨਿਹਾਲ ਹੋ ਗਿਆ, ਨਿਹਾਲ ਨਿਹਾਲ ਨਿਹਾਲ। ਆਓ ਆਪਾਂ ਵੀ ਬੇਨਤੀਆਂ ਕਰੀਏ।
ਉਹੀ ਬਾਣ ਮਾਰੋ ਜਿਹੜਾ ਮਾਰਿਆ ਕਬੀਰ ਨੂੰ, ਉਹੀ ਬਾਣ ਜਿਹੜਾ ਮਾਰਿਆ, ਉਹੀ ਬਾਣ ਮਾਰੋ ਕਬੀਰ ਨੂੰ, ਉਹੀ ਬਾਣ ਮਾਰ ਮਾਰਿਆ, ਉਹੀ ਬਾਣ ਮਾਰੋ ਜਿਹੜਾ ਸ਼ੁੱਧ ਬੁੱਧ ਭੁੱਲ ਜਾ, ਸ਼ੁੱਧ ਬੁੱਧ ਭੁੱਲ ਜਾ ਤੇ ਭੁੱਲ ਜਾ ਸਰੀਰ ਨੂੰ, ਉਹੀ ਬਾਣ ਜਿਹੜਾ ਮਾਰਿਆ, ਉਹੀ ਬਾਣ ਮਾਰੋ ਸ਼ੁੱਧ ਬੁੱਧ ਭੁੱਲ ਜਾ, ਸ਼ੁੱਧ ਬੁੱਧ ਭੁੱਲ ਜਾ ਤੇ ਭੁੱਲ ਜਾ ਸਰੀਰ ਨੂੰ, ਉਹੀ ਬਾਣ ਮਾਰੋ ਜਿਹੜਾ ਮਾਰਿਆ ਕਬੀਰ, ਉਹੀ ਬਾਣ ਮਾਰੋ ਕਬੀਰ ਸਤਿਗੁਰੂ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਪਏ ਗਿਰ ਪਰਾ ਪਰਾ ਕਲੇਜੇ ਸ਼ੇਕ। ਇਹੋ ਜਿਹਾ ਕਲੇਜੇ ਸ਼ੇਕ ਮਾਰਿਆ ਮਹਾਰਾਜ ਨੇ, ਪਿਆਰ ਦਾ ਤੀਰ ਮਾਰਿਆ ਹਰ ਪ੍ਰੇਮ ਬਣ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜ ਜਿਸ ਲਾਗੀ ਪੀਰ ਪ੍ਰਮ ਕੀ ਸੋ ਜਾਣੇ ਜਰੀਆ। ਜਦੋਂ ਮਰ ਨੇਤਰਾ ਚ ਨੇਤਰ ਪਾਏ, ਸੈਦਕਾ ਪਠਾਨ ਦੀ ਸਾਰੀ ਸ਼ਕਤੀ ਖਿੱਚ ਲਈ। ਨਾਲ ਦੇ ਸੱਜਣਾਂ ਨੂੰ ਕਹਿੰਦਾ, ਉਹ ਦਸਤੀ ਫੌਜੋ ਜਿੰਨੀ ਮੇਰੇ ਨਾਲ ਫੌਜ ਆਈ ਆ ਸਾਰੇ ਝੰਡੇ ਨੀਚੇ ਕਰ ਦਿਓ, ਤੇ ਘੋੜਿਆਂ ਤੋਂ ਜਿਹੜੇ ਘੋੜਿਆਂ ਤੇ ਚੜ੍ਹੇ ਆ ਸਾਰੇ ਪੁੰਜੇ। ਗੁਰੂ ਨਾਨਕ ਦਾ ਇਹ ਖੁਦਾ ਵਲੀ ਅੱਲਾ ਸਾਜਿਆ ਨਵਾਜਿਆ ਕਲਗੀ ਧਰ ਪਿਤਾ ਦੇ ਚਰਨਾਂ 'ਚ ਟੈਪ ਹੋ ਜੇ ਆਪਣੀ ਭੁੱਲ ਬਖਸ਼ਾਉਣੀ ਹੈ। ਉਹ ਨਾਲ ਦੇ ਕਹਿੰਦੇ, ਸੈਦਖਾ ਆਇਆ ਤਾਂ ਮਹਾਰਾਜ ਨੂੰ ਪਕੜਨ ਵਾਸਤੇ ਸੀ, ਇਹ ਕੀ ਖੇਡ ਬਣੀ? ਕਹਿੰਦਾ, ਇਹ ਖੇਡ ਨੂੰ ਮੈਂ ਨਹੀਂ ਜਾਣਦਾ, ਤਾਂ ਕਲਾ ਵਰਤਾਉਣ ਵਾਲੇ ਜਾਣਨ। ਬਸ ਫਿਰ ਕੀ ਸੀ, ਘੋੜੇ ਤੋਂ ਉਤਰਿਆ, ਕਲਗੀ ਧਰ ਮਹਾਰਾਜ ਜੀ ਦੇ ਚਰਨਾਂ 'ਤੇ ਸੀਸ ਰੱਖ ਦਿੱਤਾ। ਉਹ ਜਿਹੜਾ ਵੈਰ ਭਾਵਨਾ ਲੈ ਕੇ ਆਇਆ ਸੀ, ਖੋਟੀ ਮਤ ਲੈ ਕੇ ਆਇਆ ਸੀ, ਅੱਜ ਕਲਗੀ ਧਰ ਮਹਾਰਾਜ ਚਰਨਾਂ 'ਚ ਮੱਥਾ ਟੇਕ ਕੇ ਅਤੇ ਨਾਲੇ ਰੋ ਰਿਹਾ, ਸੱਚੇ ਪਾਤਸ਼ਾਹ ਕਿਰਪਾ ਕਰੋ। ਅਰਸ਼ਾਂ ਦੇ ਬਾਲੀ ਬਾਬਾ ਮੈਨੂੰ ਵੀ ਸਿੱਖ ਬਣਾ ਲੈ, ਅਰਸ਼ਾਂ ਦੇ ਬਾਲੀ ਦਾਦਾ ਮੈਨੂੰ ਵੀ ਸਿੱਖ ਬਣਾ ਲੈ, ਮੈਨੂੰ ਵੀ
ਸਿੱਖ ਬਣਾ ਲੈ ਚਰਨਾਂ ਦੇ ਨਾਲ, ਮੈਨੂੰ ਵੀ ਸਿੱਖ ਬਣਾ ਲੈ ਚਰਨਾਂ ਦੇ ਨਾਲ ਮਿਲਾ ਲੈ। ਅਰਸ਼ਾਂ ਦੇ ਬਾਲੀ ਬਾਬਾ ਮੈਨੂੰ ਵੀ ਸਿੱਖ ਬਣਾ ਲੈ, ਅਰਸ਼ਾਂ ਦੇ ਬਾਲੀ ਦਾਤਾ ਮੈਨੂੰ ਵੀ ਸਿੱਖ ਬਣਾ ਲੈ। ਅਰਸ਼ਾਂ ਦੇ ਬਾਲੀ ਕਬੀਰ ਚਰਨ ਕਮਲ ਕੀ ਮੌਜ ਮਾ ਕੋ ਕੈਸੇ ਅਨਮਾ ਕਹਤੇ ਮੁਸਬਾ ਲਗੀ ਦੇਖਾ ਕੀ ਪਰ। ਕਬੀਰ ਸੁਰਗ ਨਰਕ ਤੇ ਮੈਂ ਰਹੋ ਸਤਿਗੁਰ ਕੈ ਪ੍ਰਸਾਦ, ਚਰਨ ਕਮਲ ਕੀ ਮੌਜ ਮੋ ਰਹੋ ਅੰਤ ਅਰ ਆਦ, ਕਿਰਪਾ ਕਰੋ ਮਹਾਰਾ ਮੈਨੂੰ ਆਪਣਾ ਸਿੱਖ ਬਣਾ ਲਓ। ਸਤਿਗੁਰੂ ਜੀ ਨੇ ਕਲਗੀਧਰ ਪਿਤਾ ਨੇ ਉਹ ਜਿਹੜੇ ਹੱਥਾਂ 'ਚ ਸ਼ਸਤਰ ਪਕੜੇ ਅਤੇ ਕ੍ਰੋਧ ਹੰਕਾਰ ਨਾਲ ਭਰਿਆ ਹਿਰਦਾ, ਮਹਾਰਾਜ ਨੇ ਨੇਤਰਾਂ ਦੇ ਪਿਆਰ ਦੇ ਨਜ਼ਰ ਨਾਲ ਤੱਕ ਕੇ ਉਸ ਨੂੰ ਅੱਜ ਫਕੀਰ ਬਣਾ ਦਿੱਤਾ। ਸੈਦ ਖਾਂ ਪਠਾਣ ਨੂੰ ਫਕੀਰ ਫਕੀਰ ਬਣਾ ਤਾ ਮਹਾਰਾਜ। ਮਹਾਰਾਜ ਕਹਿੰਦੇ ਆਲਾ ਚੱਕ ਸਿਮਰਨੀ ਚੱਕ ਜਪ ਵਾਹਿਗੁਰੂ ਜਪ ਖੁਦਾ ਖੁਦਾ ਜਾ ਤੇਰਾ ਬੇੜਾ ਪਾਰ ਹੋਜੂ। ਅੱਜ ਸੈਦ ਖਾਂ ਪਠਾਣ ਲਿਬਾਸ ਲਾ ਕੇ ਨਾ ਪਠਾਣਾ ਵਾਲਾ ਹਉਮੈ ਤੇ ਹੰਕਾਰ ਦਾ ਲਿਬਾਸ ਹਿਰਦਿਓਂ ਲਾਹ ਕੇ ਮਾਲਾ ਪਕੜ ਕੇ ਕਲਗੀਧਰ ਮਹਾਰਾਜ ਦਾ ਸਿੱਖ ਬਣ ਕੇ ਨਾ ਪਹਾੜਾਂ ਨੂੰ ਤੁਰ ਪਿਆ। ਤੁਰ ਚੱਲਿਆ ਫਕੀਰੀ ਬਾਣਾ ਤਾਰ ਕੇ ਕਿਰਪਾ ਗੋਗੀ ਬਾਜਾਂ ਵਾਲੇ, ਚੱਲਿਆ ਫਕੀਰੀ ਬਾਣਾ ਕਿਰਪਾ ਗੋਗੀ ਬਾਜਾਂ ਵਾਲੇ ਦੀ। ਪਿਆਰੇ ਜੀ ਕਿਰਪਾ ਹੋ ਗਈ ਕਲਗੀਆਂ ਵਾਲੇ, ਵਾਹ 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 ਕਿਰਪਾ ਹੋ ਗਈ ਬਾਜਾਂ ਵਾਲੇ ਦੀ। ਫਕੀਰੀ ਪਾਣਾ ਆ ਕਿਰਪਾ ਹੋ ਗਈ ਕਲਗੀਆਂ ਵਾਲੇ, ਤੁਰਿਆ ਜਾਂਦਾ ਬਈ ਫਕੀਰੀ ਪਾਣਾ ਕਿਰਪਾ ਹੋ ਗਈ ਕਲਗੀ ਵਾਲੇ ਦੀ।
ਹਾਂ ਵਾਹਿਗੁਰੂ ਨਾਮ ਜਹਾਂ ਜਗੈ ਚੜੇ ਸੋ ਤਰੇ ਪਾ ਉਹ ਜੋ ਸ਼ਰਧਾ ਕਾ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬਾ ਬੋਲੇ ਸੋ ਨਿਹਾਲ ਆ ਬੋਲੇ ਸੋ ਨਿਹਾਲ ਪੰਥ ਕੀ ਪੰਥ ਕੀ ਸਾਰੇ ਮਹਾਂ ਪੰਥ ਕੀ ਜੋਰ ਨਾਲ ਪੰਥ ਕੀ ਰਾਜ ਕਰੇਗਾ ਸਾਰੇ ਸਾਰੇ ਖਾਲਸਾ ਰਾਜ ਕਰੇਗਾ ਬੋਲੋ ਬੋਲੋ ਕਰੇਗਾ ਰਾਜ ਕਰੇਗਾ ਬੋਲੇ ਸੋ ਨਿਹਾਲ ਸਾਰੇ ਸਾਰੇ ਬਾਹਰ ਖੜਿਆ ਕਰ ਬੋਲੇ ਸੋ ਨਿਹਾਲ ਆ ਬੋਲੇ ਸੋ ਨਿਹਾਲ ਦੇਗ ਤੇਗ ਦੇਗ ਤੇਗ ਪੰਥ ਕੀ ਪੰਥ ਕੀ ਰਾਜ ਕਰੇਗਾ ਰਾਜ ਕਰੇਗਾ ਹਾਂ ਰਾਜ ਕਰੇਗਾ ਬੋਲੇ ਸੋ ਨਿਹਾਲ ਹਰੇ ਬੋਲੇ ਸੋ ਨਿਹਾਲ ਗੱਜ ਕੇ ਬੋਲੇ ਸੋ ਨਿਹਾਲ ਵਾਹਿਗੁਰੂ ਨਾਮ ਜਹਾ ਜਗੈ ਚੜੇ ਜੋ ਸ਼ਰਧਾ ਕਰ ਸੇਮ ਦੇ ਗੁਰ ਬੋਲੇ ਸੋ ਨਿਹਾਲ ਐਸੀ ਕਿਰਪਾ ਮਹਾਰਾਜਿਆਂ ਨੇ ਸਲਾਮ ਧਰਮਵੀਰ 'ਤੇ ਕਰ ਦਿੱਤੀ ਅਸੀਂ ਤਾਂ ਗੁਰੂ ਕੇ ਸਿੱਖ ਹਾਂ ਕਿਉਂ ਨਹੀਂ ਸਾਡੇ 'ਤੇ ਰਹਿਮਤ ਹੋ ਗਈ ਜੇ ਮਨ ਦੇ ਵਿੱਚ ਸ਼ਰਧਾ ਜਾਗੀ ਅਤੇ ਭਾਵਨਾ ਜਾਗੇਗੀ ਆਓ ਗੁਰੂ ਵਾਲੇ ਬਣੀਏ ਖੰਡੇ ਵੱਟ ਦੀ ਪਹੁਲ ਛਕੀਏ ਇਹਦੇ ਵਿੱਚ ਹੀ ਕਲਗੀਧਰ ਮਹਾਰਾਜ ਦੀ ਖੁਸ਼ੀ ਹੈ ਪੜ੍ਹ ਲਈਏ ਪਿਆਰ ਵਾਲੇ ਸ਼ਬਦ ਦੇ ਨਾਲ ਹੀ ਆਪਾਂ ਆਨੰਦ ਸਾਹਿਬ ਕਿਉਂਕਿ ਸਾਧਸੰਗਤ ਹੋਈ ਪੁੱਲ 'ਚ ਖਿਮਾ ਕਰਦੇ ਰਹਿਣਾ ਆਪ ਜੀ ਦੇ ਚਰਨਾਂ ਦਰਮਿਆਨ ਮਹਾਂਪੁਰਖਾਂ ਨੇ ਬਿਠਾ ਲਿਆ ਤਕਰੀਬਨ 25-26 ਸਾਲ ਹੋ ਗਏ ਤੁਹਾਡੇ ਦਰਮਿਆਨ ਬੈਠੇ ਹਾਂ ਆਨੰਦ ਵਰਤਾਉਂਦੇ ਹਾਂ ਇਹ ਵੱਡੇ ਮਹਾਂਪੁਰਖਾਂ ਕਿਸੇ ਬਖਸ਼ੇ ਹੋਏ ਦੀ ਕਿਰਪਾ ਹੈ ਸੰਤ ਮਹਾਰਾਜ ਜੀ ਮਲੂਕੇ ਵਾਲਿਆਂ ਦੀ ਗੋਸਾਗਰ ਮਸਤ ਵਾਲੇ ਮਹਾਂਪੁਰਖਾਂ ਦੀ ਸੰਪਰਦਾ ਦੇ ਵਿੱਚ ਹੋਏ ਉਹਨਾਂ ਮਹਾਂਪੁਰਖਾਂ ਦੀ ਦੇਣ ਹੈ ਜਿਨ੍ਹਾਂ ਨੇ ਮਹਾਨ ਕਿਰਪਾ ਕੀਤੀ ਜੇ ਮਹਾਰਾਜ ਦੀ ਖੁਸ਼ੀ ਲੈਣੀ ਹੈ ਗੁਰੂ ਦਸ਼ਮੇਸ਼ ਦੀਆਂ ਖੁਸ਼ੀਆਂ ਜੇ ਲੈਣੀਆਂ ਖੰਡੇ ਵਾਲਾ ਅੰਮ੍ਰਿਤ ਪੀ ਨੀ ਸੰਗ ਤੇ ਖੰਡੇ ਵਾਲਾ ਅੰਮ੍ਰਿਤ ਪੀ ਗੁਰੂ ਬੋਲੋ ਕੋਈ ਰਹਿ ਨਾ ਜਾਇਓ ਲੈ ਲਓ ਖੁਸ਼ੀਆਂ ਤੇਗ ਬਹਾਦਰ ਜਿਨ੍ਹਾਂ ਦਿੱਲੀ ਵੱਲ ਤੋਰਿਆ ਕੋਲ ਉਹਨਾਂ ਰੱਖੀ ਆਈ ਕੀ ਨੀ ਸੰਗ ਖੰਡੇ ਵਾਲਾ ਅੰਮ੍ਰਿਤ ਪੀ
ਉਹਨਾਂ ਦਿੱਲੀ ਵੱਲ ਓੜਿਓ ਨਾ ਤੇ ਇੱਕ ਬਹਾਦਰ ਉਹਨਾਂ ਅਜੀਤ ਤੇ ਜੁਝਾਰ ਉਹਨਾਂ ਜੰਗ ਵੱਲ ਤੋਰਿਆ ਜੀਤ ਤੇ ਜੁਝਾਰ ਉਹਨਾਂ ਜੰਗ ਵੱਲ ਤੋਰਿਆ ਦੋ ਸਰਹੰਦ ਤੀਆਂ ਨੀ ਨੀ ਸੰਗ ਤੇ ਖੰਡੇ ਵਾਲਾ ਅੰਮ੍ਰਿਤ ਪੀ ਜੀਤ ਤੇ ਜੁਝਾਰ ਉਹਨਾਂ ਜੰਗ ਵੱਲ ਤੋਰਿਆ ਦੋ ਸਰਹੰਦ ਜੀਤ ਤੇ ਜੁਝਾਰ ਉਹਨਾਂ ਦੋ ਸਰਹੰਦ ਨੀ ਸੰਗ ਤੇ ਆ ਗੁਰੂ ਦਸ਼ਮੇਸ਼ ਦੀਆਂ ਖੁਸ਼ੀਆਂ ਦੇ ਲੈਣੀਆਂ ਖੰਡੇ ਵਾਲਾ ਅੰਮ੍ਰਿਤ ਪੀ ਨੀ ਸੰਗ ਤੇ ਖੰਡੇ ਵਾਲਾ ਅੰਮ੍ਰਿਤ ਪੀ ਦਸ਼ਮੇਸ਼ ਦੀਆਂ ਖੁਸ਼ੀਆਂ ਦੇ ਲੈਣੀਆਂ ਖੰਡੇ ਵਾਲਾ ਅੰਮ੍ਰਿਤ ਪੀ ਨੀ ਸੰਗ ਤੇ ਖੰਡੇ ਵਾਲਾ ਅੰਮ੍ਰਿਤ ਪੀ ਗੁਰੂ ਦਸ਼ ਖੰਡੇ ਤਾਰ ਹੋਵੇ ਜਨਮ ਸੁਗੇਲਾ ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਬਣਾਇਓ ਗੁਰੂ ਗੁਰੂ ਜਪਿਓ ਜਿਤਨੀ ਉਮਰ ਲੰਘ ਗਈ ਉਹ ਤਾਂ ਸਮਾਂ ਹੱਥ ਨਹੀਂ ਆਉਣਾ ਆਉਣ ਵਾਲੇ ਸਮੇਂ ਨੂੰ ਸੰਭਾਲਣ ਦੀ ਖੇਚਲਾ ਕਰਿਓ ਧਰਮ ਦੀ ਕਿਰਤ ਧਰਮ ਦੀ ਕਮਾਈ ਕਰਿਓ ਨਾਮ ਤੇ ਪਹਿਰਾ ਦਿਓ ਮੌਸਮ ਨੂੰ ਹਮੇਸ਼ਾ ਯਾਦ ਰੱਖੋ ਪਤਾ ਨਹੀਂ ਕਦੋਂ ਔਰ ਕਿਵੇਂ ਔਰ ਕਿਸ ਸਮੇਂ ਕਿਹੜੀ ਕੰਟਰੀ ਕਿਹੜੇ ਦੇਸ਼ ਕਿਹੜੇ ਇਲਾਕੇ ਵਿੱਚ ਜ਼ਿੰਦਗੀ ਦਾ ਅੰਤਮ ਸੂਰਜ ਛਿਪ ਜਾਏ ਮੌਤ ਨੂੰ ਹਮੇਸ਼ਾ ਯਾਦ ਰੱਖਦਿਆਂ ਸਿਮਰਨ ਦੀ 24 ਘੰਟੇ ਹਿਰਦੇ 'ਚ ਤਾਰ ਖੜਕਾਓ ਮਾਲਕ ਦਾ ਦਰਵਾਜ਼ਾ ਖੜਕਾਓ ਕਦੇ ਤਾਂ ਖੋਲ੍ਹੇਗਾ ਕਿਸੋ ਕਿਸੋ ਕੂਕੀਆ ਨਾ ਸੋਈਏ ਆਸਾਰ ਰਾਤ ਦਿਵਸ ਕੇ ਕੂਕਨੇ ਕਵੇ ਕੇ ਸੁਣੇ ਪਕਾਰ ਕਦੇ ਤੇ ਗਰੀਬਾਂ ਦੀ ਫਰਿਆਦ ਸਤਿਗੁਰੂ ਸੁਣ ਲੈਣਗੇ ਜਦੋਂ ਉਸ ਮਾਲਕ ਨੂੰ ਯਾਦ ਕਰਾਂਗੇ ਕਦੇ ਤਾਂ ਉਹ ਮਾਲਕ ਆਪਣਿਆਂ ਤੇ ਮਿਹਰਬਾਨ ਹੋਵੇਗਾ ਹਉ ਕੂਕਰ ਤੇਰੇ ਦਰਬਾਰ ਭੌਂਕੇ ਆ ਗਏ ਬਦਨ ਪਸਾਰ ਐਂ ਬਦਨ ਪਸਾਰ ਕੇ ਭੌਂਕਦੇ ਰਹੋ ਪਕਾਰਦੇ ਰਹੋ ਕਦੇ ਤੇ ਗਰੀਬਾਂ ਦੀ ਫਰਿਆਦ ਸੁਣੇਗਾ ਮੇਰਾ ਮਾਲਕ ਪ੍ਰਭ ਕੀਜੈ ਕਿਰਪਾ ਨਦਾਨ ਹਮ ਹਰ ਗੁਣ ਗਾ ਮਹਿੰਗੇ ਹਉ ਤੁਮਰੀ ਕਰੋ ਨਿਤ ਆਸ ਪ੍ਰਭ ਮੋਹੇ ਕਬ ਗੱਲ ਲਾਮੋਂਗੇ ਸਾਧ ਸੰਗਤ ਸਿੱਖ ਦਾ ਜਨਮ ਹੀ ਉਸ ਦਿਨ ਤੋਂ ਸ਼ੁਰੂ ਹੋਣਾ
ਜਨਮੇ ਉਸ ਦਿਨ ਤੋਂ ਸ਼ੁਰੂ ਹੋਣਾ, ਜ਼ਿੰਦਗੀ ਉਸ ਦਿਨ ਤੋਂ ਸ਼ੁਰੂ ਹੋਣੀ ਹੈ ਜਿਸ ਦਿਨ ਇਸਨੇ ਖੰਡੇ ਵੱਡ ਦੀ ਪਹੁਲ ਛਾ ਕੇ ਗੁਰੂ ਵਾਲਾ ਬਣ ਕੇ ਭਜਨ ਕਰਨਾ। ਉਦੇ ਬਾਕੀ ਉਮਰ ਨਹੀਂ ਲੇਖੇ ਪੈਣੀ। ਇਹ ਤਾਂ ਜਿੰਨੇ ਮਰਜ਼ੀ ਤੁਸੀਂ ਬਰਥਡੇ ਮਨਾ ਲਓ, ਜਿੰਨੇ ਮਰਜ਼ੀ ਅਵਤਾਰ ਜਨਮ ਦਿਹਾੜੇ ਮਨਾ ਲਓ, ਪਰ ਸਿੱਖ ਦਾ ਤਾਂ ਜਨਮ ਉਦੋਂ ਸ਼ੁਰੂ ਹੋਣਾ ਉਹ ਜਿੱਦੇ ਸਿੱਖ ਨੇ ਖੰਡੇ ਵੱਡ ਦੀ ਪੌਲ ਛੱਕ ਕੇ ਗੁਰੂ ਦੀਕਸ਼ਾ ਲੈ ਕੇ ਗੁਰੂ ਗੁਰੂ ਜਪਣਾ। ਉਹ ਦਿਨ ਤੋਂ ਅਸਲ ਜ਼ਿੰਦਗੀ ਦਾ ਆਨੰਦ ਮਿਲਣਾ ਸ਼ੁਰੂ ਹੋਣਾ ਪਿਆਰਿਓ। ਜਿਹੜੀ ਉਮਰ ਲੰਘੀ ਉਹ ਤਾਂ ਹੱਥ ਆਉਣੀ ਨਹੀਂ। ਹੁਣ ਸਾਰੇ ਪ੍ਰੇਮੀ ਆਨੰਦ ਸਾਹਿਬ ਦਾ ਪਾਠ ਕਰੋ, ਆਉਣ ਵਾਲੇ ਸਮੇਂ ਨੂੰ ਸੰਭਾਲੋ, ਆਉਣ ਵਾਲੇ ਸਮੇਂ ਦੀ ਕਦਰ ਕਰੋ। ਧੰਨਵਾਦ ਭਾਈ ਸਾਹਿਬ ਭਾਈ ਹਰਪਾਲ ਸਿੰਘ ਡਾਕਟਰ ਸਾਹਿਬ ਉਹਨਾਂ ਦੇ ਜਿਨ੍ਹਾਂ ਨੇ ਸੰਤ ਮਹਾਰਾਜ ਬਾਬਾ ਅਤਰ ਸਿੰਘ ਮਹਾਂਪੁਰਖਾਂ ਦੇ ਨਾਂ ਕਲੀਨਿਕ ਦਾ ਨਾਂ ਰੱਖਿਆ। ਹੋਰ ਵੀ ਪ੍ਰਬੰਧਕ ਮੈਂ ਨਾਂ ਨਹੀਂ ਜਾਣਦਾ, ਸਤਿਗੁਰੂ ਆਪ ਹੀ ਜਾਣਦੇ ਹੈ, ਜਿਨ੍ਹਾਂ ਨੇ ਵੱਧ ਚੜ੍ਹ ਕੇ ਹਿੱਸੇ ਲਏ ਹੈ। ਖਾਸ ਕਰਕੇ ਬੀਬੀਆਂ ਦਾ ਬਹੁਤ ਵੱਡਾ ਧੰਨਵਾਦ ਜਿਨ੍ਹਾਂ ਨੇ ਪ੍ਰਸ਼ਾਦਿਆਂ ਦੀ ਸੇਵਾ, ਲੋਹ 'ਤੇ ਬੈਠ ਕੇ ਸੇਵਾ, ਇਹ ਕਿਤੇ ਸੁਖਾਲੀ ਗੱਲ ਹੈ। ਪ੍ਰਸ਼ਾਦੇ ਪਕਾਉਣੇ, ਤਿੰਨ ਤਿੰਨ ਚਾਰ ਚਾਰ ਘੰਟੇ ਬੈਠਣਾ, ਲੋਹ 'ਤੇ ਤਪ ਕਰਨਾ, ਇਹ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਗੁਰੂ ਸਤਿਗੁਰ ਦੀ ਕਿਰਪਾ ਹੈ, ਮਹਾਨ ਬਖਸ਼ਿਸ਼ ਹੈ। ਮਾਈਆਂ ਨੂੰ ਤਾਂ ਬੜੇ ਵਰਦਾਨ ਮਿਲੇ ਆ, ਮਾਈਆਂ ਰੱਬ ਰਜਾਈਆਂ, ਭਗਤੀ ਲਾਈਆਂ, ਸੇਵਾ ਕਰਨ ਨੂੰ ਆਈਆਂ। ਇੱਕ ਵਰਦਾਨ ਬਹੁਤ ਵੱਡਾ ਭਾਰਾ ਮਿਲਿਆ, ਰੌਲਾ ਪਾਉਣ ਨੂੰ ਆਈਆਂ, ਇਹ ਰੌਲਾ ਵੀ ਬਹੁਤ ਪਾਉਣੀ। ਇਹ ਤਾਂ ਵਾਹਿਗੁਰੂ ਨੇ ਬੜੀ ਕਿਰਪਾ ਕੀਤੀ ਆ, ਇੰਨਾ ਇਕੱਠ ਹੈ ਅਤੇ ਇਹ ਤਾਂ ਚਾਰ ਪੰਜ ਬੀਬੀਆਂ ਇਕੱਠੀਆਂ ਵਾਹਿਗੁਰੂ ਵਾਹਿਗੁਰੂ। ਪੰਜ ਭੈਣੀ ਨਾਲ ਕਿਹਦਾ ਵਿਚਾਰਾ, ਇਹਨਾਂ ਤਾਂ ਵਰਮਾ ਜੀ ਨਹੀਂ ਚੁੱਪ ਕਰਾ ਸਕਦੇ। ਇਹ ਤਾਂ ਬਹੁਤ ਬਹੁਤ ਧੰਨਵਾਦ ਬੀਬੀਆਂ ਦਾ ਜਿਨ੍ਹਾਂ ਨੇ ਐਡੇ ਭਾਰੇ ਇਕੱਠ ਵਿੱਚ ਬੜੇ ਆਨੰਦ ਨਾਲ ਕੀਰਤਨ ਸੁਣਿਆ। ਇਹ ਤਾਂ ਵਾਹਿਗੁਰੂ ਦੀ ਮਿਹਰ ਹੀ ਹੈ, ਗੁਰੂ ਦਾ ਪਿਆਰ ਹੀ ਹੈ ਤੁਹਾਡੇ ਦਿਲਾਂ ਵਿੱਚ। ਆਓ ਆਉਣ ਵਾਲੇ ਸਮੇਂ ਦੀ ਅਡੀਕ ਕਰੋ, ਪਤਾ ਨਹੀਂ ਆਉਣ ਵਾਲੇ ਸਮੇਂ ਕਿਹੜੇ ਸੱਜਣ ਨੇ ਵਿਛੜ ਜਾਣਾ। ਆਓ ਵਾਹਿਗੁਰੂ ਦੇ ਚਰਨਾਂ ਦਾ ਪਿਆਰ ਲੈਂਦਿਆਂ ਹੋਇਆਂ ਆਨੰਦ ਲੈਂਦਿਆਂ ਹੁਣ ਸਾਰੇ ਪ੍ਰੇਮੀ। ਹੁਕਮਨਾਮੇ ਤੋਂ ਬਾਅਦ ਇਸ ਇਲਾਕੇ ਦੇ ਦੀਵਾਨਾਂ ਦੀ ਸਮਾਪਤੀ ਹੋ ਜਾਣੀ ਹੈ। ਹੁਕਮਨਾਮਾ ਜੋ ਸਤਿਗੁਰੂ ਸਾਰੇ ਦੀਵਾਨਾਂ ਦਾ, ਸਤਿਗੁਰੂ ਸਾਨੂੰ ਆਸ਼ੀਰਵਾਦ ਦੇਣਗੇ, ਸਾਡੀ ਝੋਲੀ ਵਿੱਚ ਦਾਤ ਪਾਉਣਗੇ, ਉਹ ਦਾਤ ਨੂੰ ਹਿਰਦੇ ਵਿੱਚ ਸਮੇਟ ਕੇ ਲੈ ਕੇ ਜਾਣਾ, ਹੁਕਮਨਾਮਾ ਸੁਣ ਕੇ ਜਾਣਾ। ਆਓ ਸਾਰੇ ਪ੍ਰੇਮੀ। ਰਾਗ ਰਾਮ ਕਲੀ ਮਹਲਾ ਤੀਜਾ ਆਨੰਦ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਨੰਦ ਭਇਆ ਮੇਰੀ ਮਾਂ ਕਹੇ ਨਾਨਕ ਆਨੰਦ ਏ ਮਨ ਕਰਨਾ ਲਹੂ ਤੂੰ ਤੰਗੀ ਕਰੋ ਕਰੇ ਤੇਰਾ ਕਾਰਜ ਸਭ ਸਭਨਾ ਗਲਾਂ ਨਾਨਕ ਮਨ ਮੇਰੇ ਸਾਚੇ ਸਾਗੇ ਬਾ ਕਰਤਾ ਤੇਰਾ ਸਦਾ ਸਿਫਤ ਆ ਨਾਮ ਜਿਨ ਕੈ ਮਨ ਵਸਿਆ ਕਹਿ ਨਾਨਕ ਸੱਚੇ ਸਾਹਿਬ ਸਾਚਾ ਨਾਮ ਮੇਰਾ ਹਾਂ ਸਾਚ ਨਾਮ ਕਰ ਸ਼ਾਂਤ ਸੁਖ ਮਨ ਆਏ ਵਸਿਆ ਸਦਾ ਕੁਰਬਾਨ ਕੀਤਾ ਗੁਰਵੇ ਕਹਿ ਨਾਨਕ ਸੁਣੋ ਸੰਤੋਸ਼ ਪਾਤਰ ਪਿਆਰੋ ਸਾਚਾ
ਬਾਜੇ ਪੰਚ ਦੂਤ ਤੁਦ ਵਾਸ ਕੀਤੇ ਤੁਰ ਕਰਮ ਪਾਇਆ ਤੁਝ ਜਿਨ ਕੌਸੇ ਹਾਂ ਕਹੇ ਨਾਨਕ ਹਾਂਜੀ ਅੰਧ ਸੁਣ ਵੱਡ ਪਾਗਿਓ ਪਾਰ ਬ੍ਰਹਮ ਸਾਰੇ ਬੋਲੋ ਸੰਤ ਸਾਜਨ ਪਏ ਸੁਣਤੇ ਪਨੀਤ ਕਹਤੇ ਸਲੋਕ ਪਵਣ ਗੁਰੂ ਪਾਣੀ ਪਿਤਾ ਅੱਜ ਸੁਰਾਤ ਦੋਇਦਾਈ ਦਾਇਆ ਚੰਗਿਆਈਆਂ ਬੁਰੀਆਂ ਆਈਆਂ ਕਰਮੀ ਆਪੋ ਆਪਣੀ ਜਿੰਨੀ ਨਾਮ ਤੇ ਆਇਆ ਨਾਨਕ ਤੇ ਮੁਖੀ ਉਜਲੇ ਬੋਲੋ ਵਾਹਿਗੁਰੂ ਜੀ ਕਾ ਹਾਂ ਵਾਹਿਗੁਰੂ ਜੀ ਕਾ ਖਾਲ ਅੱਜ ਦਾਸ ਆਪਣੇ ਜਨਮ ਦਿਨ 'ਤੇ ਤੁਹਾਡੇ ਪਾਸੋਂ ਇੱਕ ਮੰਗ ਮੰਗਣੀ ਚਾਹੁੰਦਾ। ਤੁਸੀਂ ਕਹੋਗੇ ਵੀ ਮਾਇਆ ਮੰਗਣਗੇ, ਧਨ ਪਦਾਰਥ ਮੰਗਣਗੇ, ਨਹੀਂ, ਬੜੀ ਕਿਰਪਾ ਆਪ ਜੀ ਦੀ, ਬਾਬੇ ਅਤਰ ਸਿੰਘ ਮਹਾਂਪੁਰਖਾਂ ਦੀ, ਗੁਰੂ ਨਾਨਕ ਪਿਤਾ ਦੀ, 25-25 ਲੱਖ ਦੀਆਂ ਗੱਡੀਆਂ ਬਖਸ਼ੀਆਂ। ਅੱਜ ਮੈਂ ਆਪ ਜੀ ਪਾਸੋਂ ਇਹੀ ਮੰਗ ਮੰਗਾਂਗਾ, ਅੱਜ ਤੋਂ ਗੁਰੂ ਨਾਨਕ ਘਰ ਵਿੱਚ ਪਰਨ ਕਰਕੇ ਜਾਇਓ ਸੱਚੇ ਪਾਤਸ਼ਾਹ, ਸਾਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ ਦਿਓ, ਅੰਮ੍ਰਿਤ ਦਾ ਜਾਗਣਾ ਅਤੇ ਨਿਤਨੇਮ ਬਖਸ਼ ਦਿਓ, ਸਾਡੀ ਝੋਲੀ 'ਚ ਨਿਤਨੇਮ ਬਖਸ਼ ਦਿਓ। ਇਹੋ ਹੀ ਮੇਰੀ ਮੰਗ ਹੈ, ਜਿੰਨੇ ਪ੍ਰੇਮੀ ਨਿਤਨੇਮ ਗੁਰੂ ਨਾਨਕ ਦੇ ਚਰਨਾਂ ਜੁੜਨਗੇ, ਇਹਦੇ ਵਿੱਚ ਹੀ ਦਾਸ ਦੀ ਅਤੇ ਗੁਰੂ ਨਾਨਕ ਪਾਤਸ਼ਾਹ ਦੀ ਖੁਸ਼ੀ ਹੋਵੇਗੀ, ਕਲਗੀ ਧਰ ਮਹਾਰਾਜ ਦੀ ਖੁਸ਼ੀ ਹੋਵੇਗੀ। ਆਓ ਸਾਰੀਆਂ ਸੰਗਤਾਂ ਦਰਗਾਹੀ ਪ੍ਰਸ਼ਾਦ ਲੈ ਕੇ ਜਾਓ, ਤਕਰੀਬਨ 24 ਘੰਟਿਆਂ 'ਚੋਂ 2.5 ਘੰਟੇ ਗੁਰੂ ਨਾਨਕ ਦੇ ਦਰ ਲਈ ਕੱਢਣੇ ਆ, 2.5 ਘੰਟੇ। ਹੁਣ ਤੁਸੀਂ ਦੇਖ ਲਓ, 10ਵਾਂ ਹਿੱਸਾ ਬਣਦਾ ਹੈ, 24 ਘੰਟੇ 'ਚੋਂ 2.5 ਘੰਟੇ ਕੱਢਦਾ ਕੋਈ? 10 ਨੌਹਾਂ ਦੀ ਕਿਰਤ ਵਿੱਚੋਂ ਰੁਪਏ ਵਿੱਚੋਂ 10 ਰੁਪਏ ਕੱਢਣੇ, 10ਵਾਂ ਹਿੱਸਾ, 10ਵਾਂ ਹਿੱਸਾ ਕੱਢਣਾ। 100 ਰੁਪਏ 'ਚੋਂ ਗੁਰੂ ਨਾਨਕ ਦੇ ਘਰ ਲਈ, ਮੇਰੇ ਗੁਰੂ ਨਾਨਕ ਪਿਤਾ ਲਈ 10 ਰੁਪਏ, 10ਵਾਂ ਹਿੱਸਾ ਬਣਦਾ। ਇਹ ਗੁਰੂ ਨਾਨਕ ਘਰ ਹੈ, 24 ਘੰਟਿਆਂ ਵਿੱਚੋਂ 2.5 ਘੰਟੇ ਗੁਰੂ ਨਾਨਕ ਦੇ ਚਰਨਾਂ ਦਾ ਪਿਆਰ। 2 ਪਾਠ ਸੁਖਮਨੀ ਸਾਹਿਬ ਦੇ, ਨਹੀਂ ਤਾਂ 10 ਪਾਠ ਜਪਜੀ ਸਾਹਿਬ ਦੇ, ਇੱਕ ਵਿਸ਼ਾ ਲੈਣਾ, ਜਿਹੜਾ ਮਰਜ਼ੀ ਦਰਗਾਹੀ ਪ੍ਰਸ਼ਾਦਾ ਪੱਲੇ ਬੰਨ ਕੇ ਲੈ ਕੇ ਜਾਇਓ, ਪੱਲੇ ਬੰਨ ਕੇ ਲੈ ਕੇ ਜਾਇਓ। ਆਇਓ ਸਾਰੇ ਗੁਰੂ ਨਾਨਕ ਪਾਤਸ਼ਾਹ ਨੂੰ ਆਪਣੀਆਂ ਬਾਹਾਂ ਫੜਾਈਏ, ਸਾਰੇ ਬਾਹਾਂ ਖੜੀਆਂ ਕਰੋ, ਹੇ ਗੁਰੂ ਨਾਨਕ ਪਿਤਾ ਸਾਡੀ ਬਾਂਹ ਫੜ ਲੈ, ਅਤੇ ਅਸੀਂ ਤੁਹਾਡਾ ਨਾਮ ਸਿਮਰਨ ਨਹੀਂ ਛੱਡਾਂਗੇ, ਅਤੇ ਤੁਸੀਂ ਕਦੇ ਵੀ ਸਾਡੀ ਬਾਂਹ ਨਾ ਛੱਡਿਓ। ਇਹ ਪਰਨ ਕਰਕੇ ਜਾਣਾ, ਕੋਈ ਵੀ ਪ੍ਰੇਮੀ ਵਾਝਾ ਨਾ ਜਾਇਓ। ਹੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ, ਤੁਸੀਂ ਸਾਡੀ
ਜਿਹੜਾ ਨਿਤਨੇਮ ਨਾਲ ਜੁੜ ਗਿਆ ਗੁਰੂ ਨਾਨਕ ਪਾਤਸ਼ਾਹ ਕਦੇ ਵੀ ਉਹਨਾਂ ਦੀ ਬਾਹ ਨਹੀਂ ਛੱਡਣਗੇ। ਇਹ ਪਰਣ ਕਰਕੇ ਜਾਣਾ ਸੱਚੇ ਪਾਤਸ਼ਾਹ ਸਾਡੀਆਂ ਝੋਲੀਆਂ ਵਿੱਚ ਖੈਰ ਪਾ ਦਿਓ। ਹਮ ਭੀਖ ਕਪੇ ਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਨਾਮ ਦੇ ਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ। ਆਓ ਸਾਰੇ ਪ੍ਰੇਮੀ ਹੁਣ ਆਪਾਂ ਅਰਦਾਸ ਵਿੱਚ ਸ਼ਾਮਿਲ ਹੋਵਾਂਗੇ। ਜਿੰਨੇ ਨਾਮ ਧਿਆਇਆ ਗਏ ਮਸਾਕਤ ਕਾਲ, ਨਾਨਕ ਤੇ ਮੁਖੀ ਉਜਲੇ ਕੀਤੀ ਛੁੱਟੀ ਨਾ। ਸਾਰੇ ਬੋਲੋ ਜਿੰਨੀ ਨਾਮ ਗਏ ਮਸਾਕਤ ਕਾਲ, ਨਾਨਕ ਤੇ ਮੁਖੀ ਉਜਲੇ ਤੂੰ ਠਾਕਰ ਤੂੰ ਸਾਹਿਬ ਜੀਓ। ਪੂਰਾ ਪ੍ਰਭ ਆਰਾਧਿਆ ਪੂਰਾ ਜਾਂ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹਿਲਾ ਪੰਜਵਾਂ ਪ੍ਰਭ ਕੀ ਸਰਨ ਸਗਲ ਭੈ ਲਾਥੇ, ਦੁੱਖ ਬਿਨ ਸੇ ਸੁਖ ਪਾਇਆ ਦਿਆਲ ਹੋਵਾ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ। ਪ੍ਰਭ ਕੀ ਸਰਨ ਸਗਲ ਭੈ ਲਾਥੇ, ਦੁੱਖ ਬਿਨ ਸੇ ਸੁਖ ਪਾਇਆ ਦਿਆਲ ਹੋਵਾ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ। ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ, ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵੋ ਰੰਗ ਰਾਤਾ ਰਹਾਉ। ਸਤਿਗੁਰ ਨਾਮ ਨਿਧਾਨ ਦੜਾਇਆ ਚਿੰਤਾ ਸਗਲ ਬਨਾਸੀ, ਕਰ ਕਿਰਪਾ ਆਪਣੋ ਕਰ ਲੈਨਾ ਮਨ ਵਸਿਆ ਅਬਨਾਸੀ। ਤਾਂ ਕੋ ਬਿਘਨ ਨ ਕੋ ਲਾਗੈ ਜੋ ਸਤਿਗੁਰ ਆਪਣੇ ਰਾਖੇ, ਚਰਨ ਕਮਲ ਬਸੈਰ ਦੇ ਅੰਤਰ ਅੰਮ੍ਰਿਤ ਹਰ ਰਸ ਚਾਖੇ। ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਜ ਬੁਝਾਈ, ਨਾਨਕ ਦਾਸ ਤਾਂ ਕੈ ਬਲਿਹਾਰ ਜਿਨ ਪੂਰਨ ਪੈਜ ਰਖਾਈ। ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਚ ਬੁਝਾਈ, ਨਾਨਕ ਦਾਸ ਤਾਂ ਕੈ ਬਲਿਹਾਰ ਜਿਨ ਪੂਰਨ ਪੈਜ ਰਖਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ,
ਜਿਨ੍ਹਾਂ ਦਾ ਅੱਜ ਆਪਾਂ ਸਾਰੀਆਂ ਸੰਗਤਾਂ ਨੇ ਗੁਰੂ ਸਾਹਿਬਾਂ ਦੇ ਚਰਨਾਂ ਵਿੱਚ ਅਰਦਾਸਾਂ ਕੀਤੀਆਂ ਕਿ ਇਹ ਜੇ ਮਹਾਂਪੁਰਸ਼ਾਂ ਨੂੰ ਲੰਮੀ ਉਮਰ ਬਖਸ਼ਣ, ਜਿਹੜੇ ਕਿ ਸੰਗਤਾਂ ਨੂੰ ਗੁਰੂ ਦੇ ਲੜ ਲਾ ਕੇ